ਮੈਂ ਮੈਨੂੰ ਐਂ ਲੱਗਦਾ ਕਿ ਮੇਰੇ ਪੁੱਤ ਮੇਰੇ ਤੋਂ ਬਹੁਤ ਜ਼ਿਆਦਾ ਤਰੱਕੀ ਕਰਨ। ਸੋ ਮੇਰੀ ਮੈਨੂੰ ਦਿਲੋਂ ਹੁੰਦਾ ਕਿ ਯਾਰ ਇਹ ਇੱਦਾਂ ਕਰੇ, ਇਹ ਉੱਦਾਂ ਕਰੇ। ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਕਿ ਯਾਰ ਛਿੰਦੇ ਨੇ ਬੜੀ ਵਧੀਆ ਐਕਟਿੰਗ ਕੀਤੀ ਹੈ ਤਾਂ ਜੀ ਤੁਹਾਡੇ ਤੋਂ 100 ਕਦਮ ਅੱਗੇ ਆ, ਮੈਨੂੰ ਉਹਦੀ ਇੰਨੀ ਖੁਸ਼ੀ ਹੁੰਦੀ ਆ ਮੈਂ ਦੱਸ ਨਹੀਂ ਸਕਦਾ, ਹੈ ਨਾ। ਅਤੇ ਉਹ ਇੱਕ ਮੂਮੈਂਟ ਸੇਮ ਮੇਰੇ ਲਈ ਉਵੇਂ ਢੁੱਕਦੀ ਆ, ਹੈ ਨਾ। ਸੋ ਜਦੋਂ ਮੇਰੇ ਪੇਰੈਂਟਸ, ਮੇਰੀ ਮੋਮ ਮੈਨੂੰ ਉਹਨਾਂ ਨੂੰ ਕੋਈ ਇਹ ਗੱਲ ਕਹਿੰਦਾ ਵਾ ਕਿ ਤੁਹਾਡਾ ਮੁੰਡਾ ਹੈ, ਸੋ ਮੇਰੀ ਮੈਂ ਉਹਨਾਂ ਦੀਆਂ ਅੱਖਾਂ 'ਚ ਜਿਹੜੀ ਖੁਸ਼ੀ ਦੇਖਦਾ ਵਾਂ ਉਹ ਬਿਆਨ ਨਹੀਂ ਹੋ ਸਕਦੀ। ਇੱਕ ਲਫ਼ਜ਼ ਆਮ ਵਰਤਦੇ ਹਾਂ ਗੋਡ, ਗੋਡ ਦਾ ਕੀ ਮਤਲਬ ਹੁੰਦਾ? ਜਨਰੇਟਰ, ਓਪਰੇਟਰ, ਡਿਸਟਰੋਇਰ। ਤੁਹਾਨੂੰ ਪੈਦਾ ਕਰਦਾ, ਸਾਰੀ ਜ਼ਿੰਦਗੀ ਓਪਰੇਟ ਕਰਦਾ, ਫਿਰ ਤੁਹਾਨੂੰ ਖਾ ਖਾ ਧੱਕੇ ਮਿਹਨਤ ਮੇਰੀ ਨੂੰ ਉਸ ਰੱਬ ਦੇ ਵੱਲੋਂ ਜਦ ਬੂਰ ਪਿਆ, ਮੈਂ ਜਿਸ ਵੇਲੇ ਮਨਾਉਣ ਲੱਗਿਆ ਖੁਸ਼ੀ ਕਾਮਯਾਬੀ ਦੀ, ਉਸ ਵੇਲੇ ਪਿਓ ਮੇਰਾ ਇਸ ਜਹਾਨ ਨੂੰ ਤੁਰ ਗਿਆ। ਮੈਨੂੰ ਕਿ ਫਾਦਰ ਦਾ ਇਮੋਸ਼ਨ ਜਾਣਨਾ ਚਾਹੁੰਦਾ, ਗੱਲ ਜਾਣਨੀ ਚਾਹੁੰਦਾ। ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਆਪਾਂ ਕਈ ਵਾਰੀ ਮਦਰ ਦੇ ਇਮੋਸ਼ਨ ਦੀ ਗੱਲ ਕਰਦੇ ਹਾਂ, ਫਾਦਰ ਦੇ ਇਮੋਸ਼ਨ ਦੀ ਗੱਲ ਆਪਣੀ ਰਹਿ ਜਾਂਦੀ ਆ। ਸੋ ਇਸ ਫਿਲਮ ਦਾ ਇੱਕ ਵੱਡਾ ਹਿੱਸਾ ਹੈ ਫਾਦਰ ਦਾ ਇਮੋਸ਼ਨ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਸਪਿਰਿਚੁਅਲ ਫਿਲਮ ਜਦੋਂ ਵੀ ਆਪਣੀ ਉਹਨੂੰ ਪੰਜਾਬੀ ਸਿਨੇਮਾ 'ਚ ਆਉਂਦੀ ਹੈ ਨਾ, ਸਾਡੇ ਪੇਰੈਂਟਸ, ਸਪੈਸ਼ਲੀ ਮੇਰੇ ਪੇਰੈਂਟਸ, ਬਿਕੋਜ਼ ਮੇਰੇ ਪੇਰੈਂਟਸ ਦੇ ਇੱਕ ਇਮੋਸ਼ਨਸ ਅਲੱਗ ਹੋ ਜਾਂਦੇ ਆ, ਤਾਂ ਬਹੁਤ ਸਾਰੀ ਫੈਮਿਲੀਜ਼ ਦੇ ਇੱਕ ਇਮੋਸ਼ਨਸ ਜੁੜ ਜਾਂਦੇ ਆ ਉਸ ਸਿਨੇਮਾ ਦੇ ਨਾਲ। ਜਿਹੜੇ ਲੋਕ ਸਿਨੇਮਾ ਨਹੀਂ ਵੀ ਪਸੰਦ ਕਰਦੇ, ਕਈ ਲੋਕ ਸਾਡੀ ਮਾਵਾਂ ਹੁੰਦੀਆਂ ਨੇ ਵੀ ਹਾਂ ਚਲੋ ਕਹਿੰਦੇ ਨਹੀਂ ਆਪਾਂ ਫਿਲਮ ਨਹੀਂ ਦੇਖਣੀ, ਕੋਈ ਇੱਥੇ ਆਊਗੀ ਆਪਾਂ ਦੇਖ ਲਾਂਗੇ, ਬਟ ਇਹ ਫਿਲਮ ਦੀ ਚਰਚਾ, ਆਈ ਥਿੰਕ ਇਹ ਫਿਲਮ ਦੇ ਯੂਜ਼ ਟੂ ਲੋਕ ਉੱਦਾਂ ਦੇ ਹੋ ਗਏ ਸੀਗੇ ਜਦੋਂ ਫਿਲਮ ਯੂਨੋ ਅਰਦਾਸ ਆਈ ਸੀਗੀ, ਅਤੇ ਉਸ ਤੋਂ ਬਾਅਦ ਜਦੋਂ ਪਾਰਟ 1 ਆਇਆ, ਪਾਰਟ 2 ਆਇਆ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਪਸੰਦ ਕੀਤਾ, ਐਂਡ ਪੂਰੀ ਟੀਮ ਨੂੰ ਇੱਦਾਂ ਦਾ ਬੂਸਟਅਪ ਕੀਤਾ ਕਿ ਹੁਣ ਪੂਰੀ ਟੀਮ 3rd ਪਾਰਟ ਲੈ ਗਈ ਹੈ ਜਿਹਦਾ ਨਾਮ ਹੈ ਅਰਦਾਸ ਸਰਬੱਤ ਦੇ ਭਲੇ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲਾਂ ਕਰਦੇ ਹਾਂ, ਥੋੜ੍ਹੀ ਜਿਹੀ ਰੌਣਕਾਂ ਤੁਹਾਡੇ ਨਾਲ ਲਾਉਂਦੇ ਹਾਂ, ਸਪਿਰਿਚੁਅਲੀ ਐਂਡ ਥੋੜ੍ਹੀ ਜਿਹੀ ਦਿਲ ਦੀਆਂ। ਸਭ ਤੋਂ ਪਹਿਲੀ ਗੱਲ ਗਿੱਪੀ ਭਾਅ ਜੀ, ਇਸ ਫਿਲਮ ਦੀ ਤੁਹਾਨੂੰ ਐਪਰੀਸੀਏਸ਼ਨ ਜਿਸ ਤਰੀਕੇ ਨਾਲ ਮਿਲ ਰਹੀ ਹੈ, ਉਹ ਕਿੱਦਾਂ ਦਾ ਫੀਲ ਹੈ? ਬਿਕੋਜ਼ ਇੱਕ ਯੂਨੋ ਇਮੋਸ਼ਨਲ ਐਪਰੀਸੀਏਸ਼ਨ ਹੈ, ਲੋਕ ਰੋਏ ਸੀਗੇ ਫਿਲਮ ਨੂੰ ਦੇਖ ਕੇ, ਲੋਕ ਜੁੜੇ ਸੀਗੇ ਫਿਲਮ ਨੂੰ ਦੇਖ ਕੇ, ਸਿਨੇਮਾ ਤੋਂ ਲਗਾ ਲਓ, ਕਈ ਲੋਕਾਂ ਵਾਸਤੇ ਇਹ ਪਹਿਲੀ ਫਿਲਮ ਬਣੀ ਸੀਗੀ ਜਿਹੜੀਆਂ ਮਾਵਾਂ ਪਹਿਲੀ ਵਾਰ ਥੀਏਟਰ 'ਚ ਗਈਆਂ ਇੰਨੇ ਸਾਲਾਂ ਤੋਂ ਬਾਅਦ। ਬਿਲਕੁਲ ਜੀ। ਸੋ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਦੇਖੋ, ਬਾਕਸ ਆਫਿਸ ਇੱਕ ਅਲੱਗ ਚੀਜ਼ ਹੁੰਦੀ ਹੈ, ਐਪਰੀਸੀਏਸ਼ਨ ਇੱਕ ਅਲੱਗ ਚੀਜ਼ ਹੁੰਦੀ ਹੈ, ਅਤੇ ਡੈਫੀਨੇਟਲੀ ਸਾਡੇ ਲਈ ਵੀ ਇੱਕ ਪਹਿਲੀ ਫਿਲਮ ਜਦੋਂ 2016 'ਚ ਅਰਦਾਸ ਬਣਾਈ ਸੀ, ਸਾਡੇ ਲਈ ਵੀ ਉਹ ਇੱਕ ਨਵਾਂ ਐਕਸਪੀਰੀਅੰਸ ਸੀਗਾ, ਕਿਉਂਕਿ ਸਾਡਾ ਇਮੋਸ਼ਨ ਸੀ, ਸਾਨੂੰ ਨਹੀਂ ਸੀ ਪਤਾ ਕਿ ਸਾਡੇ ਇਮੋਸ਼ਨ ਨਾਲ ਲੋਕ ਕਿੰਨਾ ਕਨੈਕਟ ਕਰਨਗੇ। ਸਾਨੂੰ ਕਹਾਣੀ ਪਸੰਦ ਸੀ, ਅਸੀਂ ਉਸ ਨੂੰ ਉਸ ਤਰੀਕੇ ਨਾਲ ਬਣਾਇਆ ਸੀ, ਜਿਹੜਾ ਰਿਸਪੋਂਸ ਆ ਉਹ ਲੋਕਾਂ ਤੋਂ ਪਤਾ ਲੱਗਦਾ ਸਾਨੂੰ ਕਿ ਯਾਰ ਇਹ ਚੀਜ਼ ਨੂੰ ਲੋਕਾਂ ਨੇ ਕਿੰਨਾ ਐਕਸੈਪਟ ਕੀਤਾ, ਕਿੰਨਾ ਐਕਸੈਪਟ ਨਹੀਂ ਕੀਤਾ। ਸੋ ਡੇ 1 ਦੇ ਉੱਤੇ ਜੋ ਇਮੋਸ਼ਨਸ ਲੋਕਾਂ ਦੇ ਬਾਹਰ ਨਿਕਲ ਕੇ, ਜੋ ਉਹਨਾਂ ਦੇ ਰਿਵਿਊਜ਼ ਆਏ, ਜਿੱਦਾਂ ਜਿੱਦਾਂ ਦੀਆਂ ਸਾਨੂੰ ਈਮੇਲਸ ਆਈਆਂ, ਮੈਸੇਜਸ ਆਏ, ਉਹ ਸਾਨੂੰ ਵੀ ਭਾਵਕ ਕਰਨ ਵਾਲੀਆਂ ਗੱਲਾਂ ਸੀਗੀਆਂ। ਕਿਉਂਕਿ ਭਾਅ ਜੀ ਨੂੰ ਕਈਆਂ ਨੇ ਬਹੁਤ ਉਹ ਇਸ ਅੱਜ ਦੇ 2016 ਦੇ ਵਿੱਚ ਹੱਥ ਨਾਲ ਲਿਖ ਕੇ ਚਿੱਠੀਆਂ ਪਾਈਆਂ ਜਿਹੜੀਆਂ ਕਦੋਂ ਦੀਆਂ ਬੰਦ ਹੋ ਚੁੱਕੀਆਂ ਸੀ, ਹੈ ਨਾ। ਸੋ ਉਹ ਮੈਨੂੰ ਲੱਗਦਾ ਕਿ ਇੱਕ ਇਮੋਸ਼ਨ ਆ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਬੜੀ ਪ੍ਰਾਈਸਲੈਸ ਮੂਮੈਂਟ ਸੀ ਸਾਡੇ ਲਈ, ਸ਼ਾਇਦ ਉਹੀ ਇੱਕ ਵੱਡਾ ਕਾਰਨ ਸੀ ਕਿ ਅਸੀਂ ਅਰਦਾਸ ਕਰਾਂ ਬਣਾਈ 2019 'ਚ, ਉਹਦੀ ਐਪਰੀਸੀਏਸ਼ਨ ਤੋਂ ਬਾਅਦ ਅੱਜ ਇੰਨੇ 5 ਸਾਲਾਂ ਬਾਅਦ ਹੁਣ ਆ 3rd ਪਾਰਟ ਬਣਾਇਆ, ਔਰ ਇੰਨੀ ਇਸ ਫਿਲਮ ਦੇ ਉੱਤੇ ਇੰਨੀ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ, ਉਹਦਾ ਰੀਜ਼ਨ ਇਹ ਆ ਕਿ ਸ਼ਾਇਦ ਸਾਨੂੰ ਉਸ ਐਪਰੀਸੀਏਸ਼ਨ ਦੀ ਬਹੁਤ ਲੋੜ ਹੁੰਦੀ ਆ, ਸਾਨੂੰ ਬੂਸਟਅਪ ਕਰਦੀ ਉਹ ਐਪਰੀਸੀਏਸ਼ਨ। ਯੈਸ ਜੈਸਮੀਨ, ਤੁਸੀਂ ਪਲੀਜ਼ ਦੱਸੋ, ਜਿਵੇਂ ਮੈਂ ਭਾਈ ਨੂੰ ਪੁੱਛਿਆ ਨਾ ਕਿ ਇਮੋਸ਼ਨਲ ਫੀਲ ਜੁੜਿਆ ਹੋਇਆ, ਜੈਸਮੀਨ ਦੀ ਜਰਨੀ ਅਗਰ ਫਿਲਮ ਲਾਈਨ ਦੀ ਦੇਖੀਏ, ਮੈਨੂੰ ਇਹ ਲੱਗਦਾ ਕਿ ਇਹ ਜੈਸਮੀਨ ਦੀ ਲਾਈਫ ਦਾ ਇੱਕ ਬੜਾ ਪੀਕ ਪੁਆਇੰਟ ਐਂਡ ਬੜਾ ਬੈਸਟ ਪੁਆਇੰਟ ਆ,
ਜਿਹੜਾ ਯੂ ਨੋ ਤੁਹਾਡਾ ਸਟਾਰਟਅਪ ਹੀ ਇੱਕ ਇੱਦਾਂ ਦੇ ਯੂ ਨੋ ਪ੍ਰੋਡਕਸ਼ਨ ਹਾਊਸ ਦੇ ਨਾਲ ਹੋਇਆ ਜਿਹਦੇ ਨਾਲ ਤੁਸੀਂ ਆਪਣਾ ਫਿਊਚਰ ਦੇਖ ਸਕਦੇ ਹੋ। ਬਹੁਤ ਰੇਅਰ ਲੋਕ ਹੁੰਦੇ ਆ ਜਿਹੜੇ ਟੈਂਪਰੇਰੀ ਬੇਸ ਕੰਮ ਕਰਦੇ ਆ, ਫਿਊਚਰ ਨਹੀਂ ਦੇਖਦੇ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੀ ਸਕਸੈਸ ਗਰੋਥ ਦੀ ਫਿਕਰ ਹੁੰਦੀ ਆ। ਤਾਂ ਜੈਸਮੀਨ ਲੰਬਾ ਜੁੜੀ ਹੋਈ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਮੋਸਟਲੀ ਗਿੱਪੀ ਭਾਈ ਦੀ ਫਿਲਮਾਂ 'ਚ ਹੀ ਕੰਮ ਕਰਦੇ ਹੋ। ਇਹ ਸਬਜੈਕਟ ਅਪਾਰਟ ਫਰੋਮ ਦਾ ਅਦਰ ਫਿਲਮਸ ਕਿੰਨਾ ਕਿ ਯੂ ਨੋ ਜੈਸਮੀਨ ਵਾਸਤੇ ਇੰਪੋਰਟੈਂਟ ਹੈ ਅਤੇ ਉਹਦੀ ਫੈਮਿਲੀ ਵਾਸਤੇ? ਯੂ ਜਸਟ ਸੈਡ ਇਟ ਕਿ ਮੇਰੇ ਲਈ ਬਹੁਤ ਬਹੁਤ ਵੱਡੀ ਅਪੋਰਚੁਨਿਟੀ ਹੈ, ਐਂਡ ਅਪੋਰਚੁਨਿਟੀ ਤੋਂ ਵੱਧ ਮੈਨੂੰ ਲੱਗਦਾ ਮੇਰੇ ਲਈ ਬਲੈਸਿੰਗ ਹੈ ਅਰਦਾਸ ਜੀ ਮੂਵੀ ਨਾਲ ਜੁੜਨਾ, ਬਿਕੋਜ਼ ਆਪਣੇ ਆਪ 'ਚ ਫਿਲਮ ਯੂ ਨੋ ਇਟ ਇਜ਼ ਅ teaching it yes. and it brings people together, it always leaves a very positive impact yes. on everybody yes. so as an artist mainu lagda sada farz vi hunda ya ke apa is type de projects kariye jehda society te positive influence yes. create kar sakde ne yes. te mainu lagda that it's a beautiful thing that I became a part of it yes. and kuki bhaji assi na jaap karde ha jadon ji ਮੂਲ ਮੰਤਰ ਕਰਦੇ ਹਾਂ ਉਹਦਾ ਇੱਕ ਓਂਕਾਰ ਸਤਨਾਮ ਕਰਤਾ, ਉਹ ਅਸੀਂ ਦੇਖਦੇ ਹਾਂ ਕਿ ਜਿੰਨਾ ਵੀ ਕੁਛ ਇਹ ਕੀਤਾ ਹੈਗਾ ਉਹ ਰੱਬ ਨੇ ਹੀ ਕੀਤਾ ਹੋਇਆ। ਤਾਂ ਇੱਦਾਂ ਦੀ ਫਿਲਮ 'ਤੇ ਨਾ ਮੈਂ ਐਕਚੁਅਲ ਜਿਵੇਂ ਅਸੀਂ ਮੂਲ ਮੰਤਰ ਕਰਦੇ ਹਾਂ ਨਾ ਉਹ ਸਡਨਲੀ ਮਾਇੰਡ 'ਚ ਆਇਆ, ਦੈਨ ਮੈਂ ਸਰਚ ਕੀਤਾ ਵੀ ਐਕਚੁਅਲ ਜਿਹੜਾ ਡੈਪਥ ਮੀਨਿੰਗ ਕੀ ਹੋ ਸਕਦਾ, ਐਂਡ ਮੀਨਿੰਗ ਦਾ ਤਾਂ ਚਲੋ ਮੇਰੇ ਖਿਆਲ ਤੋਂ ਮੈਂ ਨਹੀਂ ਬੋਲ ਸਕਦਾ, ਬਟ ਇਹ ਫਿਲਮ ਤੋਂ ਮੈਨੂੰ ਰਿਲੇਟ ਕਰਦਾ ਮਿਲਿਆ। ਬਿਕੋਜ਼ ਦੇਖੋ ਕਰਤਾ ਦੀ ਤੁਸੀਂ ਗੱਲ ਕੀਤੀ, ਕਰਤਾ ਪੁਰਖ, ਅਤੇ ਇਹ ਤਾਂ ਬਹੁਤ ਵੱਡੀ ਡੈਫੀਨੇਸ਼ਨ ਸਾਨੂੰ ਮਾਲਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ। ਇਹਨੂੰ ਇਨ ਡੈਪਥ ਅਗਰ ਗੱਲ ਕਰੀਏ ਤਾਂ ਮੂਲ ਮੰਤਰ ਨੂੰ ਡਿਸਕ੍ਰਾਈਬ ਕਰਨ ਲਈ ਇੱਕ ਦਿਨ ਚਾਹੀਦਾ ਪੂਰਾ, ਹੈ ਨਾ। ਬਟ ਵਾਕਈ ਜਦੋਂ ਕਰਤਾ ਦੀ ਗੱਲ ਕਰਦੇ ਹਾਂ ਤਾਂ ਉਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸੀ, ਇੱਕ ਲਫ਼ਜ਼ ਆਮ ਵਰਤਦੇ ਹਾਂ ਗੋਡ, ਯੈਸ, ਗੋਡ ਦਾ ਕੀ ਮਤਲਬ ਹੁੰਦਾ? ਨਹੀਂ, ਗੋਡ ਰੱਬ ਕਿੱਦਾਂ ਮਤਲਬ ਜਿਹੜਾ 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 ਅਸੀਂ ਯੂਜ਼ ਕਰਦੇ ਹਾਂ ਮੋਸਟਲੀ ਲੋਕਾਂ ਨੂੰ ਇਹੀ ਪਤਾ ਕਿ ਗੋਡ GOD ਯੈਸ, ਠੀਕ ਹੈ ਨਾ। ਇਹਦਾ ਮਤਲਬ ਪਤਾ ਕੀ ਹੈ? ਜਨਰੇਟਰ, ਓਪਰੇਟਰ, ਡਿਸਟਰੋਇਰ। ਤੁਹਾਨੂੰ ਪੈਦਾ ਕਰਦਾ, ਸਾਰੀ ਜ਼ਿੰਦਗੀ ਓਪਰੇਟ ਕਰਦਾ, ਫਿਰ ਤੁਹਾਨੂੰ ਵਾਹ ਲੈ ਜਾਂਦਾ, ਖਤਮ ਕਰ ਦਿੰਦਾ, ਠੀਕ ਹੈ। ਸੋ ਇਹ ਕਰਤਾ ਹੀ ਹੈ ਜਿਹੜਾ ਸਭ ਕੁਛ ਕਰਦਾ। ਸੋ ਉਸ ਕਰਤੇ ਦੀ ਜਿਹੜੀ ਇਹ ਸਾਰੀ ਵਿਡੰਬਣਾ ਹੈ, ਉਹਦਾ ਵਿਸਥਾਰ ਹੈ, ਉਹਦਾ ਪਸਾਰ ਹੈ ਸਾਰਾ। ਸਾਡੀ ਪਿਛਲੀ ਤੁਸੀਂ ਸੁਣਿਆ ਹੋਣਾ ਫਿਲਮ ਦੇ ਵਿੱਚ ਵੀ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਇਹ ਤਾਂ ਬੇਅੰਤ ਹੈ। ਇਹਨੂੰ ਕਿਵੇਂ ਤੁਸੀਂ ਕਾਊਂਟ ਕਰ ਸਕਦੇ ਹੋ? ਉਹ ਸੱਚੇ ਪਾਤਸ਼ਾਹ ਦੀ ਇਹ ਸਾਰੀ ਜਿਹੜੀ ਕਾਇਨਾਤ ਹੈ। ਸੋ ਪਰ ਅਸੀਂ ਕੀ ਹਾਂ? ਅਸੀਂ ਉਸ ਕਾਇਨਾਤ ਦਾ ਇੱਕ ਛੋਟਾ ਜਿਹਾ ਹਿੱਸਾ ਵਾਂ। ਇਹ ਜਿਹੜੀ ਧਰਤੀ ਹੈ, ਉਸ ਧਰਤੀ ਦੇ ਵਿੱਚ ਵੀ ਅਸੀਂ ਇੱਕ ਛੋਟਾ ਜਿਹਾ ਹਿੱਸਾ ਵਾਂ। ਅਸੀਂ ਆਪਣੀ ਇੱਕ ਸੁਸਾਇਟੀ ਜਿਹੜੀ ਹੈ, ਸਾਨੂੰ ਰੱਬ ਨੇ ਇਨਸਾਨਾਂ ਨੂੰ ਜਾਨਵਰਾਂ ਪਸ਼ੂ ਪੰਛੀਆਂ ਨਾਲੋਂ ਅਲੱਗ ਕਰ ਦਿੱਤਾ ਕਿ ਅਸੀਂ ਸਰਵੋਤਮ ਜ਼ਾਤਾਂ ਅਸੀਂ ਜੀਵ ਜੰਤੂਆਂ ਦੀ। ਸਾਨੂੰ ਹੀ ਜੀਣਾ ਭੁੱਲ ਗਿਆ, ਸਾਨੂੰ ਹੀ ਅਸਲ ਮਨੋਰਥ ਜ਼ਿੰਦਗੀ ਦੇ ਭੁੱਲ ਗਏ। ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬਹਿ ਗਏ ਹਾਂ, ਇੱਕ ਦੂਸਰੇ ਨਾਲ ਹੀ ਕੰਪੀਟੀਸ਼ਨ ਹੈ। ਤੁਸੀਂ ਜ਼ਾਤ ਪਾਤ ਦਾ ਕੰਪੀਟੀਸ਼ਨ ਛੱਡੋ, ਘਰਾਂ ਦੇ ਵਿੱਚ ਸਿਆਪੇ ਨੇ, ਹੈ ਨਾ। ਘਰਾਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਇੰਨਾ ਬੇੜਾ ਗਰਕ ਹੋ ਚੁੱਕਿਆ, ਅਸੀਂ ਇੱਕ ਦੂਜੇ ਨੂੰ ਲੈਟ ਡਾਊਨ ਕਰਨ ਲੱਗੇ, ਮਿੰਟ ਨਹੀਂ ਲਾਉਂਦੇ। ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੜਾ ਲਫ਼ਜ਼ ਬੋਲ ਰਹੇ ਹਾਂ ਜਿਹੜਾ ਇੱਕ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ। ਕਿਸੇ ਦਾ ਕੁਛ ਇੱਕ ਕਿਹਾ ਬੋਲ ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ, ਉਹ ਤੁਹਾਨੂੰ ਮੇਨ ਸਟ੍ਰੀਮ 'ਚੋਂ ਸਾਈਡ 'ਤੇ ਕਰ ਦਿੰਦੇ ਨੇ, ਕਿਸੇ ਨੂੰ ਡੀਮੋਰਲਾਈਜ਼ ਕਰ ਸਕਦੇ ਨੇ, ਕਿਸੇ ਦੀ ਜ਼ਿੰਦਗੀ ਦੇ ਮਾਇਨੇ ਬਦਲ ਸਕਦੇ ਨੇ। ਇਹ ਮੈਂ ਸਾਰਾ ਇੰਨਾ ਕੁਛ ਖਿਲਾਰ ਕੇ ਤੁਹਾਨੂੰ ਤਾਂ ਦੱਸਿਆ ਕਿ ਇਹਨੂੰ ਜੇ ਤੁਸੀਂ ਦੁਬਾਰਾ ਇੱਕ ਥਾਂ 'ਤੇ ਇਕੱਠਾ ਕਰਨਾ ਹੋਵੇ ਨਾ, ਇੱਕ ਚੀਜ਼ ਚਾਹੀਦੀ ਹੈ, ਮੋਟੀਵੇਸ਼ਨ।
ਉਹ ਮੋਟੀਵੇਸ਼ਨ ਦੇ ਸੋਰਸਿਸ ਸੁਸਾਇਟੀ 'ਚੋਂ ਖਤਮ ਹੋ ਗਏ ਨੇ। ਸਕੂਲਾਂ 'ਚ ਸਿਰਫ ਡਿਗਰੀਆਂ ਲਈ ਪੜ੍ਹਾਇਆ ਜਾਂਦਾ, ਸਰਟੀਫਿਕੇਟਾਂ ਲਈ, ਠੀਕ ਹੈ। ਘਰਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਮਿਲਦੀ ਸੀ ਉਹ ਬੰਦ ਹੋ ਗਈ। ਘਰਾਂ 'ਚ ਸਿਰਫ ਕੰਪੀਟੀਸ਼ਨ ਲਈ ਬੱਚੇ ਨੂੰ ਤਿਆਰ ਕੀਤਾ ਜਾਂਦਾ ਕਿ ਤੂੰ ਫਲਾਣਾ ਐਗਜ਼ਾਮ ਕਰੈਕ ਕਰਨਾ। ਨੈਤਿਕ ਸਿੱਖਿਆ ਘਰਾਂ 'ਚ ਬੰਦ ਹੋ ਗਈ। ਵੱਡੇ ਨਾਲ ਸਾਡੇ ਘਰਾਂ 'ਚ ਰਹਿੰਦੇ ਨਹੀਂ, ਅੱਜ ਅੱਗੇ ਬਜ਼ੁਰਗ ਹੁੰਦੇ ਸੀ, ਹੁਣ ਬਜ਼ੁਰਗ ਘਰਾਂ 'ਚ ਨਾਲ ਹੀ ਨਹੀਂ ਰਹਿੰਦੇ, ਰੱਖੇ ਨਹੀਂ ਜਾਂਦੇ। ਮਤਲਬ ਬਹੁਤ ਕੁਛ ਇੱਦਾਂ ਦਾ ਜਿਹੜਾ ਸਾਡੀ ਸੁਸਾਇਟੀ ਦਾ ਤਾਣਾ ਬਾਣਾ ਉਲਝ ਗਿਆ ਹੋਇਆ। ਅਤੇ ਜੇ ਇੱਦਾਂ ਦੀਆਂ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ 'ਚ ਨਹੀਂ ਹੋਣਗੀਆਂ ਜਿਹੜੀਆਂ ਸਾਡਾ ਕਨੈਕਟ ਸਿੱਧਾ ਉਸ ਪਰਮਾਤਮਾ ਨਾਲ ਜਾਂ ਉਹਦੇ ਦੱਸੇ ਰਸਤੇ ਦੇ ਨਾਲ ਜੋੜ ਸਕਣ, ਤਾਂ ਮੈਨੂੰ ਲੱਗਦਾ ਕਿ ਬਹੁਤ ਲੰਬਾ ਸਮਾਂ ਨਹੀਂ ਰਹਿ ਗਿਆ ਜਦੋਂ ਧਰਤੀ 'ਤੇ ਵਿਨਾਸ਼ ਹੋ ਜਾਏਗਾ। ਸੋ ਅਸੀਂ ਸਿਰਫ ਆਪਣਾ ਇੱਕ ਡਰੋਪ ਪਾਇਆ ਉਸ ਸਮੁੰਦਰ ਦੇ ਵਿੱਚ। ਮੈਂ ਨਹੀਂ ਕਹਿੰਦਾ ਸੀ ਇਹ ਫਿਲਮ ਬਣਾ ਕੇ ਕੋਈ ਚਮਤਕਾਰ ਕਰਤਾ, ਪਰ ਆਪੋ ਆਪਣੇ ਹਿੱਸੇ ਦਾ ਡਰੋਪ ਪਾਵਾਂਗੇ। ਕਹਿੰਦੇ ਬੂੰਦ ਬੂੰਦ ਸੇ ਸਾਗਰ ਭਰ ਜਾਤਾ। ਅਸੀਂ ਆਪਣੇ ਹਿੱਸੇ ਦੀ ਬੂੰਦ ਪਾਈ ਹੈ, ਸਾਰੇ ਸੁਸਾਇਟੀ ਨੂੰ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਨ, ਅਤੇ ਮੈਨੂੰ ਲੱਗਦਾ ਸੁਸਾਇਟੀ ਬਚੀ ਰਹੇਗੀ। ਇਹ ਸਵਾਲ ਨਾ ਮੈਂ ਤੁਹਾਡੇ ਨਾਲ ਕੁਛ, ਮੈਂ ਨਾ ਜਦੋਂ ਮੇਰੇ ਦਿਮਾਗ 'ਚ ਆਇਆ ਨਾ ਕਿ ਗਿੱਪੀ ਭਾਈ ਨੂੰ ਇਹ ਪੁੱਛਣਾ, ਤਾਂ ਮੇਰੇ ਦਿਮਾਗ 'ਚ ਨਾ ਕੁਛ ਤਰੀਕਾ ਅਲੱਗ ਆਇਆ ਕਿ ਮੈਂ ਇਸ ਤਰੀਕੇ ਪੁੱਛੂੰਗਾ, ਮੇ ਬੀ ਸ਼ਾਇਦ ਥੋੜ੍ਹਾ ਅੱਛਾ ਲੱਗੇ ਵਿਊਅਰਸ ਨੂੰ। ਐਂਡ ਓਨੈਸਟਲੀ ਉਹ ਮੇਰੇ ਦਿਲ ਦਾ ਫੀਲ ਸੀਗਾ। ਮੈਂ ਕੁਛ ਲਿਖਿਆ ਸੀਗਾ ਤੁਹਾਡੀ ਫੈਮਿਲੀ ਨਾਲ, ਤੁਹਾਡੇ ਨਾਲ ਜੁੜਿਆ ਹੋਇਆ, ਉਹ ਪਹਿਲਾਂ ਮੈਂ ਉਹ ਸੁਣਾਉਣਾ, ਫਿਰ ਤੁਸੀਂ ਦੱਸਿਓ। ਵੀ ਮਾਂ ਪਿਓ ਨੇ ਮੇਰੇ ਵੇਖੇ ਸੁਪਨੇ, ਛੱਡ ਜ਼ਮਾਨੇ ਨੂੰ ਅੱਗੇ ਤੁਰਿਆ ਮੈਂ, ਲੱਖ ਅੜਚਣਾਂ ਆਈਆਂ ਰਾਹੇ ਮੇਰੇ, ਲੱਗਿਆ ਰਿਹਾ ਨਾ ਪਿੱਛੇ ਮੁੜਿਆ ਮੈਂ, ਖਾ ਖਾ ਧੱਕੇ ਮਿਹਨਤ ਮੇਰੀ ਨੂੰ, ਉਸ ਰੱਬ ਦੇ ਵੱਲੋਂ ਜਦ ਬੂਰ ਪਿਆ ਮੈਂ, ਜਿਸ ਵੇਲੇ ਮਨਾਉਣ ਲੱਗਿਆ ਖੁਸ਼ੀ ਕਾਮਯਾਬੀ ਦੀ, ਉਸ ਵੇਲੇ ਪਿਓ ਮੇਰਾ ਇਸ ਜਹਾਨ ਨੂੰ ਤੁਰ ਗਿਆ, ਜ਼ਿੱਦ ਫੜੀ ਐਸੀ ਕਿ ਰੁਕਿਆ ਨਹੀਂ, ਨਾ ਧੁੱਪ ਵੇਖੀ ਨਾ ਕੋਈ ਛਾਂ, ਇਹੀ ਸੋਚ ਕੇ ਕੀਤਾ ਹਰ ਕੰਮ ਮੈਂ ਕਿ ਹੁਣ ਮੇਰਾ ਪਿਓ ਹੀ ਮੇਰੀ ਮਾਂ ਹੈ। ਅਸੀਂ ਜ਼ਿੰਦਗੀ 'ਚ ਬਹੁਤ ਕੁਛ ਅਚੀਵ ਕਰ ਲੈਂਦੇ ਹਾਂ, ਪਾ ਲੈਂਦੇ ਹਾਂ। ਤੁਹਾਡੇ ਨਾ ਇੱਕ ਆਰਟੀਕਲ ਗੂਗਲ 'ਤੇ ਜਦੋਂ ਸਰਚ ਕਰਦਾ ਤਾਂ ਨਾ ਉਹ ਲਿਖਿਆ ਹੋਇਆ ਸੀਗਾ ਕਿਸੇ ਚੈਨਲ ਵੱਲੋਂ, ਤਾਂ ਉਹ ਇਮੋਸ਼ਨ ਮੈਨੂੰ ਸਮਝ ਨਹੀਂ ਆਏ ਜੋ ਇਮੋਸ਼ਨ ਮੈਂ ਹੁਣ ਤੁਹਾਡੇ ਕੋਲ ਉਹਨੂੰ ਫੀਲ ਕਰ ਸਕਦਾ, ਕਿ ਜਦੋਂ ਇਨਸਾਨ ਅੱਗੇ ਵੱਧਦਾ ਰਹਿੰਦਾ, ਆਪਣੀ ਮਾਂ ਦੇ ਚਿਹਰੇ ਵੱਲ ਦੇਖਦਾ ਹੈ ਨਾ, ਕੋਈ ਜ਼ਿੰਦਗੀ 'ਚ ਤਰੱਕੀ ਕਰਦਾ, ਕੋਈ ਚੀਜ਼ ਕੋਈ ਚੀਜ਼ ਗਲਤ ਹੁੰਦੀ ਆ, ਸਹੀ ਹੁੰਦੀ ਆ, ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਜਵਾਬ ਦੇਣਾ। ਸਾਡੇ ਵਾਸਤੇ ਇਹੀ ਸਭ ਕੁਛ ਹੈ, ਮੇਰੀ ਤਰੱਕੀ ਦਾ, ਮੇਰਾ ਜੋ ਵੀ ਹੈਗਾ, ਮੇਰੀ ਮਾਂ ਹੈ। ਇਹ ਬਾਈ ਮੈਂ ਥੋੜ੍ਹਾ ਫੀਲ ਜਾਣਨਾ ਚਾਹੁੰਦਾ ਵੀ ਜਿਵੇਂ ਜਿਵੇਂ ਜ਼ਿੰਦਗੀ ਦੀ ਹਰ ਇੱਕ ਪੌੜੀ ਚੜ੍ਹਦੇ ਜਾਂਦੇ ਹੋ, ਉਹ ਮੰਮੀ ਦਾ ਕਿਵੇਂ ਫੀਲ ਹੁੰਦਾ? ਵੀ ਦੇਖੋ, ਮਾਂ ਪਿਓ ਨੂੰ ਹਮੇਸ਼ਾ ਆਪਦਾ ਬੱਚਾ ਚੰਗਾ ਹੀ ਲੱਗਦਾ, ਬਟ ਫਿਰ ਵੀ ਇੱਕ ਪਿਛਲੀ ਇੰਟਰਵਿਊ ਦੇ ਵਿੱਚ ਨਾ ਘੋਗੀ ਭਾਅ ਜੀ ਨੇ ਗੱਲ ਕਹੀ, ਮੈਨੂੰ ਬੜੀ ਵਧੀਆ ਲੱਗੀ। ਮੈਂ ਮੇਰੇ ਘਰ ਮੇਰੀ ਕੋਈ ਵੀ ਫਿਲਮ ਆਉਂਦੀ ਆ ਜਾਂ ਕੋਈ ਵੀ ਚੀਜ਼ ਆ ਜਾਂ ਮੇਰੀ ਕੋਈ ਵੀ ਐਲ ਗਾਣਾ ਆ ਗਿਆ, ਫਿਲਮ ਆ ਗਈ, ਮੇਰੀ ਮਾਂ ਨੂੰ ਵਧੀਆ ਲੱਗਣੀ ਆ ਉਹ ਚੀਜ਼। ਪਰ ਘੋਗੀ ਭਾਅ ਜੀ ਕਹਿੰਦੇ ਜਦੋਂ ਅਰਦਾਸ ਮੇਰੇ ਮਾਂ ਨੇ ਦੇਖੀ ਅਤੇ ਕਹਿੰਦੇ ਮੈਨੂੰ ਫੜ ਕੇ, ਮੈਨੂੰ ਦੇਖ ਕੇ ਮੇਰੇ ਲਈ ਅੱਖਾਂ ਭਰ ਕੇ ਗਿਆ, ਕਹਿੰਦੇ ਤੂੰ ਮੇਰਾ ਹੀ ਪੁੱਤ ਹੈ, ਹੈ ਨਾ, ਤੂੰ ਹੈ ਗੁਰਮੁਖ, ਹੈ ਨਾ, ਵੀ ਤੂੰ ਇੰਨਾ ਵੱਡਾ ਹੋ ਗਿਆ, ਹੈ ਨਾ। ਸੋ ਉਹ ਜਿਹੜੀ ਮੂਮੈਂਟ ਹੁੰਦੀ ਆ ਉਹ ਸਾਰਿਆਂ ਲਈ ਇੱਕ ਪ੍ਰਾਈਸਲੈਸ ਮੂਮੈਂਟ ਹੁੰਦੀ ਆ। ਮੈਨੂੰ ਲੱਗਦਾ ਕਿ ਘੋਗੀ ਭਾਅ ਜੀ ਨੂੰ ਲੱਖ ਮੈਂ ਕਹਿੰਦਾ ਤੁਹਾਨੂੰ ਫਲਾਣੇ ਅਵਾਰਡ ਮਿਲਣੇ ਆ, ਫਲਾਣੀ ਚੀਜ਼ ਮਿਲਣੀ ਆ, ਉਹ ਚੀਜ਼ ਨਹੀਂ ਮਿਲ ਸਕਦੀ ਜਿਹੜੀ ਉਸ ਮੂਮੈਂਟ ਦੇ ਵਿੱਚ ਮਿਲੀ ਆ। ਸੋ ਮਦਰ ਫਾਦਰ ਜਦੋਂ ਤੁਹਾਨੂੰ ਹਰ ਵਾਰੀ ਇਹ ਕਹਿੰਦੇ ਆ ਨਾ ਕਿ ਯਾਰ ਵੀ ਕਿ ਪੁੱਤ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਅਤੇ ਇੱਕ ਮੂਮੈਂਟ 'ਤੇ ਉਹ ਐਂ ਕਹਿੰਦੇ ਨੇ, ਤੁਹਾਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਇਹ ਉਹ ਕਿਵੇਂ ਕਹਿ ਰਹੇ ਨੇ, ਹਾਂ ਇਹ ਹੱਲਾ ਸ਼ੇਰੀ ਨੇ, ਇਹ ਦਿਲੋਂ ਆਈ ਹੈ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਮੂਮੈਂਟ ਹਰੇਕ ਬੰਦੇ ਲਈ ਇੰਪੋਰਟੈਂਟ ਹੁੰਦੀ ਹੈ, ਔਰ ਖਾਸ ਕਰਕੇ ਜਦੋਂ ਕਈ ਵਾਰੀ ਤੁਸੀਂ ਉਹੋ ਜਿਹੀ ਪੁਜੀਸ਼ਨ ਤੋਂ ਆਏ ਹੋਵੋ ਕਿ ਜਦੋਂ ਤੁਸੀਂ ਇਹ ਚੀਜ਼ਾਂ ਬਿਲਕੁਲ ਤੁਹਾਡੇ ਨੇੜੇ ਤੇੜੇ ਵੀ ਨਹੀਂ ਸੀ, ਤੁਸੀਂ ਬਹੁਤ ਚੀਜ਼ਾਂ ਬਹੁਤ ਸਟਰਗਲ ਕੀਤੀ ਹੋਵੇ, ਔਰ ਇੰਨੀ ਜ਼ਿੰਦਗੀ 'ਚ ਤਰੱਕੀ ਮਿਲੀ ਹੋਵੇ, ਜਦੋਂ ਕਿ ਇੱਕ ਵਕਤ ਹੁੰਦਾ ਵਾ ਬੰਦੇ ਕੋਲ ਕਿ ਯਾਰ ਪੈਸੇ ਵੀ ਨਹੀਂ, ਨਾ ਤੁਸੀਂ ਕਿਰਾਇਆ ਦੇ ਸਕਦੇ ਹੋ, ਨਾ ਗੱਡੀ ਲੈ ਸਕਦੇ ਹੋ, ਨਾ
ਖਾਣ ਪੀਣ ਨੂੰ ਹਿਸਾਬ ਕਿਤਾਬ ਨਹੀਂ ਹੈਗਾ, ਫਟ ਬੈਠਿਆ। ਔਰ ਫਿਰ ਤੁਹਾਡੀ ਤਰੱਕੀ ਦੇਖ ਕੇ ਮਾਂ ਪਿਓ ਨੂੰ ਜਿੰਨੀ ਖੁਸ਼ੀ ਹੁੰਦੀ ਆ, ਉਸ ਤੋਂ ਬਾਅਦ ਕਿਹਨੂੰ ਖੁਸ਼ੀ? ਅੱਜ ਮੈਂ ਹਾਂ, ਮੈਨੂੰ ਐਂ ਲੱਗਦਾ ਕਿ ਮੇਰੇ ਪੁੱਤ ਮੇਰੇ ਤੋਂ ਬਹੁਤ ਜ਼ਿਆਦਾ ਤਰੱਕੀ ਕਰਨ। ਸੋ ਮੇਰੀ ਮੈਨੂੰ ਉਹ ਦਿਲੋਂ ਹੁੰਦਾ ਕਿ ਯਾਰ ਇਹ ਇੱਦਾਂ ਕਰੇ, ਇਹ ਉੱਦਾਂ ਕਰੇ। ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਕਿ ਯਾਰ ਛਿੰਦੇ ਨੇ ਬੜੀ ਵਧੀਆ ਐਕਟਿੰਗ ਕੀਤੀ ਹੈ, ਤਾਂ ਜੀ ਤੁਹਾਡੇ ਤੋਂ 100 ਕਦਮ ਅੱਗੇ ਆ, ਮੈਨੂੰ ਉਹਦੀ ਇੰਨੀ ਖੁਸ਼ੀ ਹੁੰਦੀ ਆ, ਮੈਂ ਦੱਸ ਨਹੀਂ ਸਕਦਾ, ਹੈ ਨਾ। ਅਤੇ ਉਹ ਇੱਕ ਮੂਮੈਂਟ ਸੇਮ ਮੇਰੇ ਲਈ ਉਵੇਂ ਢੁੱਕਦੀ ਆ, ਹੈ ਨਾ। ਸੋ ਜਦੋਂ ਮੇਰੇ ਪੇਰੈਂਟਸ, ਮੇਰੀ ਮੋਮ ਮੈਨੂੰ ਉਹਨਾਂ ਨੂੰ ਕੋਈ ਇਹ ਗੱਲ ਕਹਿੰਦਾ ਵਾ ਕਿ ਤੁਹਾਡਾ ਮੁੰਡਾ ਹੈ, ਸੋ ਮੇਰੀ ਮੈਂ ਉਹਨਾਂ ਦੀਆਂ ਅੱਖਾਂ 'ਚ ਜਿਹੜੀ ਖੁਸ਼ੀ ਦੇਖਦਾ ਵਾਂ, ਉਹ ਬਿਆਨ ਨਹੀਂ ਹੋ ਸਕਦੀ ਹੈਗੀ। ਸੋ ਮਦਰ ਫਾਦਰ ਨਾਲ ਜਿਹੜਾ ਇਮੋਸ਼ਨ ਆ, ਉਹ ਸਿਰਫ ਬੱਚਾ ਹੀ ਦੇਖ ਸਕਦਾ, ਅਤੇ ਉਹ ਉਹਨਾਂ ਲਈ ਉਹ ਬਣਿਆ ਵਾ। ਮੈਨੂੰ ਲੱਗਦਾ ਕਿ ਮਾਂ ਦੀ ਹੱਲਾਸ਼ੇਰੀ ਤੋਂ ਵੱਡੀ ਕੋਈ ਚੀਜ਼ ਮੈਨੂੰ ਕਿ ਫਾਦਰ ਦਾ ਇਮੋਸ਼ਨ ਜਾਣਨਾ ਚਾਹੁੰਦਾ, ਗੱਲ ਜਾਣਨੀ ਚਾਹੁੰਦਾ ਜਿਹੜੀ। ਦੇਖੋ, ਫਾਦਰ ਦੇ ਇਮੋਸ਼ਨ ਦੇ ਲਈ ਮੈਂ ਖਾਸ ਕਰਕੇ ਪਹਿਲਾਂ ਵਾਲੀਆਂ ਫਿਲਮਾਂ ਦੇ ਵਿੱਚ ਵੀ, ਔਰ ਖਾਸ ਕਰਕੇ ਅਰਦਾਸ ਸਰਬੱਤ ਦੇ ਭੱਲੇ ਦੇ ਵਿੱਚ, ਮੈਂ ਫਾਦਰ ਦੇ ਇਮੋਸ਼ਨ ਦਾ ਜ਼ਿਕਰ ਬਹੁਤ ਵੱਡਾ ਕੀਤਾ ਹੈ। ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਆਪਾਂ ਕਈ ਵਾਰੀ ਮਦਰ ਦੇ ਇਮੋਸ਼ਨ ਦੀ ਗੱਲ ਕਰਦੇ ਹਾਂ, ਫਾਦਰ ਦੇ ਇਮੋਸ਼ਨ ਦੀ ਗੱਲ ਆਪਣੀ ਰਹਿ ਜਾਂਦੀ ਆ। ਸੋ ਇਸ ਫਿਲਮ ਦਾ ਇੱਕ ਵੱਡਾ ਹਿੱਸਾ ਹੈ ਫਾਦਰ ਦਾ ਇਮੋਸ਼ਨ, ਠੀਕ ਹੈ, ਜਿਹੜਾ ਮੈਂ ਸਟਰੋਂਗਲੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਨੂੰ ਐਂ ਲੱਗਦਾ ਕਿ ਉਹ ਮੈਂ ਉਹਦੇ ਬਾਰੇ, ਕਿਉਂਕਿ ਜੇ ਹੁਣ ਸ਼ਾਇਦ ਮੈਂ ਤੁਹਾਨੂੰ ਕੁਛ ਦੱਸਣ ਵੀ ਲੱਗਾ ਤਾਂ ਮੈਨੂੰ ਲੱਗਦਾ ਕਿ ਮੈਂ ਉਹੀ ਦੱਸਣ ਦੀ ਕੋਸ਼ਿਸ਼ ਕਰੂੰ ਜੋ ਮੈਂ ਫਿਲਮ 'ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਮੈਂ ਨਹੀਂ ਦੱਸਣਾ ਚਾਹੁੰਦਾ, ਤੁਸੀਂ ਜਾਓਗੇ ਦੇਖੋਗੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਉਹ ਇਮੋਸ਼ਨ ਕੀ ਹੁੰਦਾ। ਤੁਸੀਂ ਵੀ ਸਿੱਖ ਪਰਿਵਾਰ 'ਚੋਂ ਹੈ ਨਾ, ਬਿਲੋਂਗ ਕਰਦੇ ਹੋ, ਸਿੱਖ ਪਰਿਵਾਰ ਸ਼ਾਇਦ ਇਸ ਫਿਲਮ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦਾ, ਮੇਬੀ ਸ਼ਾਇਦ ਕਿਉਂਕਿ ਉਹਨਾਂ ਨੂੰ ਗੁਰੂਆਂ ਦਾ ਪਤਾ ਹੈ, ਉਹਨਾਂ ਨੂੰ ਉਹ ਡਾਊਨ ਟੂ ਅਰਥ ਬਹੁਤ ਹੁੰਦੇ ਨੇ, ਪੰਜਾਬੀ ਤਾਂ ਸਾਰੇ ਹੀ ਹੁੰਦੇ ਨੇ, ਬਟ ਸਿੱਖ ਫੈਮਿਲੀ 'ਚ ਕਿਤੇ ਨਾ ਕਿਤੇ ਜ਼ਿਆਦਾ ਚੀਜ਼ ਮੰਨੀ ਜਾਂਦੀ ਆ। ਤੁਹਾਡੀ ਗੱਲ ਮੈਂ ਜਾਣੀ ਚਾਹੁੰਦਾ ਵੀ ਪਲੀਜ਼ ਤੁਸੀਂ ਮੈਨੂੰ ਆਪਣੀ ਫੈਮਿਲੀ ਬਾਰੇ ਜ਼ਰੂਰ ਇੱਕ ਵਾਰ ਦੱਸੋ ਵੀ। ਮੈਨੂੰ ਲੱਗਦਾ ਮੇਰੀ ਫੈਮਿਲੀ 'ਚ ਅਗਰ ਸਭ ਤੋਂ ਘੱਟ ਕੋਈ ਰਿਲੀਜੀਅਸ ਹੈ ਤਾਂ ਮੈਂ ਹਾਂ, ਬਿਕੋਜ਼ ਐਵਰੀਬਡੀ ਇਨ ਮਾਈ ਫੈਮਿਲੀ ਇਜ਼ ਵੈਰੀ ਰਿਲੀਜੀਅਸ। ਮੇਰੀ ਚਾਚੀ ਦਾ ਤਾਂ ਮੈਨੂੰ ਲੱਗਦਾ ਪੂਰੇ 12 ਮਹੀਨੇ ਚੱਲੀਆ ਹੀ ਰਹਿੰਦਾ ਹੀ ਹੈ, ਅਤੇ ਮੇਰੇ ਨਾਨਾ ਜੀ ਦਾ ਆਪਣਾ ਉਹਨਾਂ ਦਾ ਲਾਈਕ ਕੋਲਿਨ 'ਚ ਗੁਰਦੁਆਰਾ ਸੀ, ਜਿਹਦੀ ਸੇਵਾ ਉਹੀ ਕਰਦੇ ਸਨ। ਅਤੇ ਮਾਈ ਮੰਮਾ, ਮਾਈ ਡੈਡੀ, ਉਹਨਾਂ ਦਾ ਡੇ ਕਦੇ ਵੀ ਸਟਾਰਟ ਨਹੀਂ ਹੁੰਦਾ ਬਿਨਾਂ ਪਾਠ ਕਰੇ। ਬਹੁਤ ਹੀ ਰਿਲੀਜੀਅਸ ਫੈਮਿਲੀ ਹੈ, ਥੋੜ੍ਹਾ ਬਹੁਤ ਕੁਛ ਮੈਂ ਉਹਨਾਂ ਤੋਂ ਸਿੱਖਿਆ, ਅਤੇ ਉਹਨਾਂ ਨੂੰ ਬਹੁਤ ਬਹੁਤ ਖੁਸ਼ੀ ਹੋਈ। ਦੇ ਫੈਲਟ ਰੀਅਲੀ ਪ੍ਰਾਊਡ ਐਨ ਦੇ ਗੋਟ ਟੂ ਨੋ ਦੈਟ ਮੈਂ ਅਰਦਾਸ ਦਾ ਪਾਰਟ ਹਾਂ, ਅਤੇ ਸਾਡੀ ਜਰਨੀ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੱਕ ਦੀ ਹੈ। ਪਹਿਲੀ ਵਾਰ ਇੱਦਾਂ ਹੋਇਆ ਹਜ਼ੂਰ ਸਾਹਿਬ ਦੇ ਦਰਸ਼ਨ, ਹੈ ਨਾ, ਪੂਰੀ ਟੀਮ ਨੇ, ਮੈਂ ਨਾ ਪ੍ਰਿੰਸਪਲ ਨੂੰ ਬਾਈ ਇਹ ਗੱਲ ਪੁੱਛੀ ਸੀ ਕਿ ਮੈਂ ਕਿਹਾ ਬਾਈ ਕਿੰਨੀ ਕਿਸਮਤ ਵਾਲੇ ਹੋ, ਹੈ ਨਾ, ਤੁਸੀਂ ਵੀ ਇਹ ਚੀਜ਼ ਤੁਸੀਂ ਜਿਹੜੀ ਜਾ ਕੇ ਜਿਹੜੀ ਫੀਲ ਕੀਤੀ ਉਹ ਤਾਂ ਅਲੱਗ ਹੈ, ਪਰ ਇਹ ਚੀਜ਼ ਥੋੜ੍ਹੀ ਮੈਮਰੀ ਬਣ ਗਈ ਹੈ ਜਿਹਨੂੰ ਤੁਸੀਂ ਕੱਲ੍ਹ ਨੂੰ 10 ਸਾਲ 20 ਸਾਲ 40 ਸਾਲ ਬਾਅਦ ਵੀ ਇੱਕ ਉਹਨੂੰ ਤੁਹਾਡੇ ਕੋਲ ਐਪਲੀਕੇਸ਼ਨ ਹੋਵੇ ਥਰੂ ਤੁਸੀਂ ਦੇਖ ਪਾਓਗੇ ਕਿ ਯਾਰ ਵੀ ਦੱਸ ਪਾਓਗੇ ਕਿ ਅਸੀਂ ਸਾਰੇ ਇੱਥੇ ਗਏ ਸੀਗੇ ਜਿੱਥੇ ਮਤਲਬ ਕਿ ਹਰ ਇੱਕ ਇਨਸਾਨ ਜਾਣਾ ਚਾਹੁੰਦਾ ਆ। ਇਹ ਗੁਰਦੁਆਰਾ ਸਾਹਿਬ ਵਿਜ਼ਿਟ ਕਰਨਾ, ਕਿਉਂਕਿ ਬੜੀ ਨਵੀਂ ਚੀਜ਼ ਸਿਨੇਮਾ 'ਚ ਹੋਈ ਹੈ, ਹੈ ਨਾ, ਮੇ ਬੀ ਸ਼ਾਇਦ ਇਸ ਚੀਜ਼ ਦੀ ਵੀ ਹਾਈਪ ਬਹੁਤ ਹੈਗੀ ਆ ਅਰਦਾਸ ਦੇ ਨਾਲ ਨਾਲ ਵੀ ਗੁਰਦੁਆਰਾ ਸਾਹਿਬ ਇਹਨਾਂ ਨੇ 5 ਜਣਾ ਵਿਜ਼ਿਟ ਕੀਤੇ ਆ, ਤਾਂ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ਬਈ ਇਹ ਕਿੰਨਾ ਕੁ ਟਫ ਸੀਗਾ ਜਾਣਾ, ਜਾਂ ਕਿੰਨਾ ਕੁ ਕਿਵੇਂ ਪਲਾਨ ਕਿਵੇਂ ਸੀਗਾ ਇਹ? ਪਹਿਲੀ ਗੱਲ ਤਾਂ ਇਹ ਪਾਰਟ ਆਫ ਸਟੋਰੀ ਹੈ, ਪਾਰਟ ਆਫ ਜਰਨੀ ਹੈ, ਔਰ ਜੇ ਇਹਨੂੰ ਅਦਰ ਵੇ ਦੇਖਿਆ ਜਾਵੇ ਤਾਂ ਸਾਡੀ ਸਾਰਿਆਂ ਦੀ ਅੰਦਰੋਂ ਇੱਛਾ ਤਾਂ ਇਹੀ ਹੁੰਦੀ ਹੈ ਨਾ ਕਿ ਅਸੀਂ ਆਪਣੇ ਮਾਲਕ ਦੇ ਘਰ ਜਾਈਏ, ਮੱਥਾ ਟੇਕੀਏ, ਹੈ ਨਾ, ਆਪਣੇ ਸਤਿਗੁਰੂ ਨਾਲ ਰਾਬਤਾ ਕਾਇਮ ਕਰੀਏ, ਪਰ ਸਾਡੀ ਜ਼ਿੰਦਗੀ ਦੀਆਂ ਸੋ ਕਾਲਡ ਮਜਬੂਰੀਆਂ ਜਿਹੜੀਆਂ ਅਸੀਂ ਆਪ ਹੀ ਸਹੇੜੀਆਂ ਹੋਈਆਂ, ਸਾਡੇ ਆਪਣੇ ਫਾਲਤੂ ਦੇ ਕੰਮ ਸਾਨੂੰ ਰੋਜ਼ ਬੰਨ ਲੈਂਦੇ ਨੇ ਅਤੇ ਅਸੀਂ ਜਾ ਨਹੀਂ ਪਾਉਂਦੇ। ਇਸ ਫਿਲਮ ਦੇ ਵਿੱਚ ਵੀ ਬਹੁਤ ਸਾਰੇ ਮੂਮੈਂਟਸ ਇੱਦਾਂ ਦੇ ਆਉਣਗੇ ਜਿੱਥੇ ਇਹ ਲੱਗੇਗਾ ਕਿ ਨਹੀਂ, ਜਿੱਦਣ ਅਸੀਂ ਚਾਹੀਏ ਜਾਣਾ ਉਦੋਂ ਫਿਰ ਜਾ ਵੀ ਸਕਦੇ ਹਾਂ। ਸੋ ਅਸੀਂ ਆਪਣੇ ਆਪ ਨੂੰ ਬੰਧਨ ਮੁਕਤ ਕਰਨ ਦੀ ਗੱਲ ਇਹਦੇ 'ਚ ਕੀਤੀ ਹੈ ਕਿ ਬੰਧਨਾਂ 'ਚੋਂ ਮੁਕਤ ਹੋਵੋ,
ਰਿਸ਼ਤਿਆਂ ਦੇ ਜਿਹੜੇ ਬੰਧਨ ਅਸੀਂ ਆਪ ਹੀ ਖੋਲ੍ਹ ਦਿੱਤੇ ਹੋਏ ਨੇ ਉਹਨਾਂ 'ਚ ਵਾਪਸ ਆਓ, ਕਿਉਂਕਿ ਰਿਸ਼ਤਿਆਂ ਤੋਂ ਵੱਡੀ ਦੁਨੀਆਂ 'ਚ ਕੋਈ ਚੀਜ਼ ਨਹੀਂ। ਜਿੱਦਾਂ ਹੁਣੇ ਕਿੱਡੀ ਇਮੋਸ਼ਨਲ ਗੱਲ ਹੈ, ਗਿੱਪੀ ਹੁਣੀ ਅੱਜ ਜੋ ਮਰਜ਼ੀ ਕਰ ਲੈਣ, ਜਿੰਨੀ ਮਰਜ਼ੀ ਵੱਡੀ ਅਚੀਵਮੈਂਟ ਹੋਵੇ, ਇੱਕ ਵਕਤ ਨੇ ਮਲਾਲ ਦੇ ਦਿੱਤਾ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਕਿੱਦਾਂ ਦੱਸਾਂ ਕਿ ਮੈਂ ਆਹ ਕਰ ਲਿਆ, ਹੈ ਨਾ। ਇਹ ਚੀਜ਼ ਕਦੇ ਮੁੜ ਕੇ ਵਾਪਸ ਨਹੀਂ ਆਉਣੀ। ਇਸ ਕਰਕੇ ਮੈਂ ਕਹਿੰਦਾ ਕਿ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਿਆ ਕਰੋ। ਮੈਨੂੰ ਗੱਲ ਯਾਦ ਆ ਗਈ ਕਿ ਭਾਜੀ ਭੱਜੀ ਨੇ ਆਪਣਾ ਕ੍ਰਿਕਟਰ ਮੁੰਡਾ, ਹੈ ਨਾ, ਭਾਜੂ ਬਹੁਤ ਸੋਹਣਾ ਖੇਡਦਾ ਖੇਡਦਾ ਇੱਕ ਵਾਰੀ ਟੀਮ 'ਚੋਂ ਆਊਟ ਹੋ ਗਿਆ, ਮਤਲਬ ਕਿੰਨੀ ਦੇਰ ਉਹਦਾ ਨੰਬਰ ਹੀ ਨਹੀਂ ਲੱਗਾ। ਫਿਰ ਭਾਜੂ ਨੇ ਕਿੰਨੀ ਵਾਰੀ ਸੋਚਿਆ ਕਿ ਮੈਂ ਹੁਣ ਹੋਰ ਕੋਈ ਜ਼ਿੰਦਗੀ 'ਚ ਸੈਟਲਮੈਂਟ ਕਰ ਲਵਾਂ। ਮੈਨੂੰ ਯਾਦ ਉਹਨਾਂ ਦਿਨਾਂ 'ਚ ਅਸੀਂ ਜਲੰਧਰ ਕਾਫੀ ਮਿਲਦੇ ਹੁੰਦੇ ਸੀ, ਅਤੇ ਉਹਦੇ ਫਾਦਰ ਸਾਹਿਬ ਬਿਮਾਰ ਹੋ ਗਏ, ਉਹਨੇ ਬਹੁਤ ਤਿਮਾਰਦਾਰੀ ਕੀਤੀ ਆਪਣੇ ਫਾਦਰ ਸਾਹਿਬ ਦੀ ਟੇਕ ਕੇ, ਪਰ ਉਹਦੇ ਮਨ 'ਚ ਇੱਕੋ ਹੀ ਸੀਗਾ ਕਿ ਉਹਦੇ ਫਾਦਰ ਸਾਹਿਬ ਦੇ ਮਨ 'ਚ ਸੀ ਵੀ ਮੇਰੇ ਪੁੱਤਰ ਨੂੰ ਇੱਕ ਵਾਰੀ ਟੀਮ 'ਚ ਵਾਪਸੀ ਮਿਲ ਜੇ। ਨਹੀਂ ਮਿਲੀ ਬਾਈ ਚਾਂਸ, ਉਸ ਕਿਸੇ ਇਲਨੈਸ ਕਰਕੇ ਉਹ ਰੁਖਸਤ ਹੋ ਗਏ ਦੁਨੀਆ ਤੋਂ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਕੀ ਹੁੰਦਾ, ਭੱਜੂ ਦੀ ਵਾਪਸੀ ਹੁੰਦੀ ਹੈ, ਔਰ ਭੱਜੂ ਆਸਟ੍ਰੇਲੀਆ ਦੇ ਅਗੇਂਸਟ ਪਹਿਲੀ ਇੰਡੀਆ ਦੀ ਹੈਟ੍ਰਿਕ ਬਣਾਉਂਦਾ, ਹਾਂਜੀ, 32 ਵਿਕਟਾਂ ਲੈ ਕੇ ਇੱਕ ਨਵਾਂ ਰਿਕਾਰਡ ਬਣਾ ਕੇ ਸਭ ਤੋਂ ਵੱਡਾ ਬੋਲਰ ਬਣ ਕੇ ਵਾਪਸ ਆਉਂਦਾ। ਪਰ ਇੱਕ ਚੀਜ਼ ਮਿਸਿੰਗ ਸੀ ਕਿ ਉਹ ਖੁਸ਼ੀ ਦੱਸਣੀ ਕਿਹਨੂੰ ਹੈ, ਜਿਹੜਾ ਸਭ ਤੋਂ ਵੱਧ ਤਲਬਗਾਰ ਸੀ ਉਸ ਖੁਸ਼ੀ ਦਾ ਕਿ ਮੈਨੂੰ ਉਹ ਖੁਸ਼ੀ ਮਿਲੇ। ਅੱਜ ਉਹ ਚੀਜ਼ ਮਿਲ ਗਈ, ਉਹੀ ਹੈ ਨਹੀਂ ਜਿਹਦੇ ਨਾਲ ਜਾ ਕੇ ਸ਼ੇਅਰ ਕਰਨੀ ਹੈ। ਉਸ ਬੰਦੇ ਦਾ ਦਰਦ ਮੈਂ ਮਹਿਸੂਸ ਕਰ ਸਕਦਾ ਉਹਨਾਂ ਦਿਨਾਂ 'ਚੋਂ ਜਿਸ ਪੇਨ 'ਚੋਂ ਲੰਘ ਰਿਹਾ ਸੀ ਭੱਜੂ। ਉਹਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਮੈਂ ਖੁਸ਼ੀ ਨੂੰ ਮਨਾਵਾਂ ਕਿ ਉਸ ਮਲਾਲ ਨੂੰ ਮੈਂ, ਹੈ ਨਾ, ਉਹਦੇ ਅਥਰੂ ਰੋਵਾਂ। ਸੋ ਰਿਸ਼ਤੇ ਨਹੀਂ ਦੁਬਾਰਾ ਲੱਭਦੇ, ਅਚੀਵਮੈਂਟਸ ਆ ਜਾਂਦੀਆਂ, ਪੈਸਾ ਆ ਜਾਂਦਾ, ਸ਼ੋਹਰਤਾਂ ਦੁਬਾਰਾ ਆ ਜਾਂਦੀਆਂ ਜ਼ਿੰਦਗੀ 'ਚੋਂ ਇੱਕ ਵਾਰੀ ਜਾ ਕੇ, ਰਿਸ਼ਤੇ ਦੁਬਾਰਾ ਨਹੀਂ ਮਿਲਦੇ। ਇਹ ਸਾਡੀ ਇਸ ਫਿਲਮ ਦੀ ਬੈਕਬੋਨ ਵੀ ਹੈ। ਮੈਂ ਸਿਰਫ ਇਹ ਗੱਲਾਂ ਇੱਦਾਂ ਨਹੀਂ ਕਰ ਰਿਹਾ, ਚਾਹੇ ਉਹ ਤੁਹਾਡੀ ਧੀ ਦਾ ਰਿਸ਼ਤਾ ਤੁਹਾਡੇ ਨਾਲ, ਤੁਹਾਡੀ ਬੇਟੀ ਦਾ, ਜਿੱਦਾਂ ਅਰਦਾਸ ਪਹਿਲੀ ਫਿਲਮ ਸਾਡੀ ਆਈ ਸੀ, ਜਿਹੜਾ ਲੋਕਾਂ ਦਾ ਫੀਡਬੈਕ ਆਇਆ ਸੀ, ਉਹਦੇ 'ਚ ਸਭ ਤੋਂ ਜ਼ਿਆਦਾ ਟੱਚਿੰਗ ਮੇਰੇ ਲਈ ਇਹ ਸੀ ਜਦੋਂ ਇੱਕ ਬੰਦੇ ਦਾ ਮੈਨੂੰ ਮੈਸੇਜ ਆਇਆ, ਕਹਿੰਦਾ ਕਿ ਭਾਅ ਜੀ ਮੇਰੇ ਬੇਟੀ ਹੋਈ, ਜਦ ਕਿ ਮੈਂ ਚਾਹੁੰਦਾ ਸੀ ਮੇਰੇ ਮੁੰਡਾ ਹੋਵੇ। ਕਹਿੰਦਾ ਮੈਂ ਆਪਣੀ ਬੇਟੀ, ਕਹਿੰਦਾ 2 ਮਹੀਨੇ ਦੀ ਹੋ ਗਈ, ਮੈਂ ਕਦੇ ਚੱਕੀ ਨਹੀਂ ਸੀ ਕਿ ਮੈਨੂੰ ਨਹੀਂ ਚੰਗੀ ਲੱਗਦੀ। ਕਹਿੰਦਾ ਅਰਦਾਸ ਦੇਖ ਕੇ ਆਇਆ, ਅੱਜ ਪਤਾ ਨਹੀਂ ਕਿੰਨੇ ਦਿਨ ਹੋ ਗਏ, ਮੇਰੇ ਕੁੱਛੜ ਤੋਂ ਹੀ ਨਹੀਂ ਉਤਰੀ, ਕਹਿੰਦਾ ਕਹਿੰਦਾ ਮੈਂ ਉਹਨੂੰ ਲਾ ਹੀ ਨਹੀਂ ਸਕਦਾ। ਸੋ ਇਹ ਜਿਹੜੇ ਅਹਿਮੀਅਤ ਹੈ ਨਾ, ਇਹਨੂੰ ਸਮਝ ਲਓ, ਦੁਨੀਆਦਾਰੀ ਸਾਰੀ ਇਹਦੇ 'ਚ ਹੀ ਹੈ। ਇਹ ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈ, ਔਰ ਜਾਂ ਤੁਸੀਂ ਕਹਿ ਲਓ ਕਿ ਸਾਡੀ ਫਿਲਮ ਦੀ ਬੈਕਬੋਨ ਵੀ ਹੈ। ਸੋ ਅਰਦਾਸ ਫਿਲਮ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ, ਯਥਾਰਥ ਦੀ ਗੱਲ ਕਰਦੀ ਹੈ, ਸੱਚ ਨਾਲ ਜੋੜਦੀ ਹੈ। ਜਿਹਨੇ ਸੱਚ ਨਾਲ ਜੁੜਨਾ ਉਹ ਗੁਰੂ ਦੇ ਚਰਨਾਂ 'ਚ ਲੱਗੇ, ਸੱਚ ਸਾਰਾ ਉੱਥੇ, ਕੂੜ ਨਿਖੁੱਟੇ ਨਾਨਕ ਓੜਕ ਸੱਚ ਰਹੀ, ਠੀਕ ਹੈ ਨਾ। ਸੋ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦਾ ਉਪਦੇਸ਼ ਆਪਣੇ ਢੰਗ ਦੇ ਨਾਲ ਇਸ ਫਿਲਮ 'ਚ ਪੇਸ਼ ਕਰ ਸਕੀਏ। ਇਸ ਫਿਲਮ ਨੂੰ ਦੇਖ ਕੇ ਨਾ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਮੈਂ ਆਪ ਓਬਜ਼ਰਵ ਕੀਤੀਆਂ। ਜੀਓ ਸਟੂਡੀਓਜ਼ ਪਨੋਰਮਾ ਹੋ ਜਾਏ, ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਆ, ਇਹ ਈਜ਼ੀਲੀ ਕਿਸੇ ਦੇ ਹੱਥ ਨਹੀਂ ਹੁੰਦੇ। ਤਾਂ ਗਿੱਪੀ ਭਾਅ ਜੀ ਨੇ ਇਸ ਟਾਈਮ, ਮਤਲਬ ਕਿ ਆਪਾਂ ਇਹ ਚੀਜ਼ ਸੋਚਦੇ ਹਾਂ ਕਾਫੀ ਮੋਸਟ ਆਫ ਦਾ ਯੂਨੋ ਜਿਹੜੇ ਯੂਥ ਹੈਗਾ ਆ, ਵੀ ਜੇ ਕੋਈ ਵੱਡਾ ਪ੍ਰੋਡਕਸ਼ਨ ਹਾਊਸ ਜੁੜ ਸਕਦਾ ਤਾਂ ਉਹਦਾ ਨਾਮ ਹੋ ਸਕਦਾ ਗਿੱਪੀ ਗਰੇਵਾਲ। ਉਹ ਸਿਰਫ ਗਿੱਪੀ ਗਰੇਵਾਲ ਦੇ ਨਾਲ ਜੁੜ ਸਕਦਾ ਬਈ। ਸਿਨੇਮਾ ਦਾ ਇੱਥੋਂ ਤੱਕ ਜਾਣਾ ਵੀ ਬਹੁਤ ਵੱਡੀ ਅਚੀਵਮੈਂਟ ਆ, ਵੀ ਚਲੋ ਕੋਈ ਵੱਡਾ ਪ੍ਰੋਡਕਸ਼ਨ ਹਾਊਸ ਬਾਹਰਲਾ ਆਪਣੇ ਸਿਨੇਮਾ ਨਾਲ ਜੁੜ ਰਿਹਾ, ਕਿਉਂਕਿ ਇੱਥੇ ਜੇ ਚੀਜ਼ਾਂ ਹੋਰ ਵਧਣਗੀਆਂ ਮੇ ਬੀ ਸ਼ਾਇਦ ਹੋਰ ਖੁੱਲ੍ਹ ਕੇ ਕੰਮ ਹੋ ਪਾਊਗਾ, ਹੋਰ ਜ਼ਿਆਦਾ ਹੋਪ ਮਿਲ ਪਾਊਗੀ। ਇਹਦਾ ਗਿੱਪੀ ਆਪਣੇ ਆਪ ਨੂੰ ਕਿੰਨਾ ਕੁ ਪ੍ਰੈਸ਼ਰ ਫੀਲ ਕਰਦੇ ਹੁੰਦੇ ਹੋ ਵੀ ਇਹ ਜ਼ਿੰਮੇਵਾਰੀ ਬਹੁਤ ਵੱਡੀ ਆ? ਹਿੱਟ ਫਲੋਪ ਦਾ ਕੋਈ ਫਾਰਮੂਲਾ ਨਹੀਂ ਹੈ, ਨਾ ਕੋਈ, ਕਈ ਵਾਰੀ ਚੰਗੀ ਫਿਲਮ ਵੀ ਨਹੀਂ ਚੱਲਦੀ, ਕਈ ਵਾਰੀ ਬੁਰੀ ਫਿਲਮ ਵੀ ਬਹੁਤ ਚੱਲਦੀ ਹੈ। ਬਟ ਇੱਕ ਚੀਜ਼ ਦਾ ਫਾਰਮੂਲਾ ਹਮੇਸ਼ਾ ਲਾਈਫ ਦੇ ਵਿੱਚ ਹੈ ਕਿ ਤੁਸੀਂ ਉਸ ਫਿਲਮ ਲਈ, ਉਸ ਪ੍ਰੋਜੈਕਟ ਲਈ, ਜਾਂ ਜੋ ਵੀ ਤੁਸੀਂ ਕੀਤਾ, ਤੁਸੀਂ ਕਿੰਨੀ ਮਿਹਨਤ ਕਰ ਰਹੇ ਹੋ। ਅੱਜ ਮੈਂ ਕਹਾਂ ਕਿ ਮੈਂ ਪ੍ਰੋਡਿਊਸਰ ਹਾਂ, ਘੁੱਗੀ ਭਾਅ ਜੀ ਐਕਟਰ ਨੇ,
ਅੱਜ ਮੈਂ ਕੁਕੀ ਭਾਅ ਜੀ ਨੂੰ ਕਾਸਟ ਕੀਤਾ, ਇੱਕ ਕਮਰਸ਼ੀਅਲ ਟਰਮਸ ਅਲੱਗ ਨੇ ਸਾਡੀਆਂ ਹੋ ਗਈਆਂ, ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਯਾਰ ਕਮਰਸ਼ੀਅਲ ਟਰਮਸ ਫਾਈਨਲ ਹੋ ਗਈਆਂ, ਬਟ ਹੁਣ ਮੈਂ ਇਹ ਦੇਖਦਾ ਕਿ ਘੁੱਗੀ ਭਾਅ ਜੀ ਇਸ ਪ੍ਰੋਜੈਕਟ ਲਈ ਓਨੈਸਟ ਕਿੰਨੇ ਨੇ, ਕੀ ਉਹ ਇਹ ਸੋਚਦੇ ਆ ਕਿ ਮੈਂ ਆਇਆ ਮੈਂ ਪ੍ਰੋਜੈਕਟ ਕੀਤਾ ਅਤੇ ਮੈਂ ਗਿਆ ਮੈਂ ਮੁੜ ਕੇ ਮੈਂ ਤਾਂ ਬਿਜ਼ੀ ਹਾਂ ਮੈਂ ਇੱਦਾਂ ਮੈਂ ਡਬਿੰਗ ਕਰਤੀ ਯਾਰ, ਉਹ ਇੱਕ ਹੁੰਦਾ ਕਿ ਬੰਦੇ ਨੇ ਪ੍ਰੋਡਕਟ ਵੀ ਮਰਜ਼ੀ ਨਾਲ ਕੀਤਾ, ਤਸੱਲੀ ਨਾਲ ਕੀਤਾ, ਪਿਆਰ ਨਾਲ ਕੀਤਾ ਅਤੇ ਉਹਨਾਂ ਦੇ ਦਿਲ 'ਚ ਇਸ ਪ੍ਰਤੀ ਸੀਗਾ ਕਿ ਮੈਂ ਕੰਮ ਕਰਨਾ, ਔਰ ਅੱਜ ਵੀ ਉਹ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਕਿ ਯਾਰ ਮੈਂ ਇਹ ਕਰਨਾ ਇਹ ਕਰਨਾ। ਜਦੋਂ ਇਹ ਚੀਜ਼ ਦੇਖਦੀ ਆ ਇਸ ਤੋਂ ਬਾਅਦ ਕੀ ਹੁੰਦਾ ਜੇ ਫਿਲਮ ਵਰਕ ਨਹੀਂ ਵੀ ਕਰਦੀ ਨਾ ਪਰ ਮੈਂ ਤਾਂ ਘੁੱਗੀ ਭਾਅ ਜੀ ਹਮੇਸ਼ਾ ਹੀ ਕੰਮ ਕਰਾਂਗੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਸਟੂਡੀਓ ਜਾਂ ਕੋਈ ਵੀ ਕਿਸੇ ਨਾਲ ਤੁਸੀਂ ਪਾਰਟਨਰਸ਼ਿਪ ਕਰਦੇ ਹੋ ਉਹ ਇਸ ਬਿਹਾਫ 'ਤੇ ਹੁੰਦੀ ਆ ਕਿ ਯਾਰ ਅਸੀਂ ਚੀਜ਼ ਰਾਈਟ ਬਣਾ ਕੇ ਦਿੱਤੀ ਕਿ ਅਸੀਂ ਪੈਸਾ ਖਰਾਬ ਤਾਂ ਨਹੀਂ ਕੀਤਾ, ਅਸੀਂ ਕਿਸੇ ਨੂੰ ਠੱਗੀ ਤਾਂ ਨਹੀਂ ਮਾਰੀ। ਜਿਵੇਂ ਅਕਸਰ ਤੌਰ 'ਤੇ ਮੈਂ ਇੰਟਰਵਿਊ ਉਰੇ ਦੇਖਦਾ ਕਈ ਵਾਰੀ ਕਹਿੰਦੇ ਆ ਕਿ ਨਵਾਂ ਬੰਦਾ ਲੱਭਿਆ ਜਾਂਦਾ ਉਹਨੂੰ ਬੱਕਰਾ ਬਣਾ ਲੈਂਦੇ ਆ ਉਹਨੂੰ ਐਂ ਕਰ ਲੈਂਦੇ ਆ। ਸੋ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਗੜਬੜ ਕਿੱਥੇ ਹੋ ਜਾਂਦੀ ਆ ਕਿ ਮੈਂ ਇਹ ਤੁਸੀਂ ਨਵਾਂ ਬੰਦਾ ਲੱਭੋ ਫਿਲਮ ਬਣਾਓ ਪਰ ਫਿਲਮ ਦਾ ਆਪਾਂ ਰਾਈਟ ਬਣਾਉਣ ਦੀ ਕੋਸ਼ਿਸ਼ ਕਰੀਏ। ਹਾਂ ਚੱਲੇ ਨਾ ਚੱਲੇ ਕਈ ਵਾਰੀ ਗੜਬੜ ਹੋ ਜਾਂਦੀ ਆ ਮੈਂ ਮੰਨਦਾ 100%, ਬਟ ਜਦੋਂ ਕਈ ਵਾਰੀ ਪਹਿਲਾਂ ਹੀ ਥੋਟ ਪ੍ਰੋਸੈਸ ਇਹ ਰੱਖਿਆ ਜਾਂਦਾ ਨਾ ਕਿ ਯਾਰ ਆਪਾਂ ਇਹਨਾਂ ਤੋਂ ਪੈਸੇ ਲੈ ਲੈਣੇ ਆ ਅਤੇ ਗੱਲ ਖਤਮ, ਹਾਂ ਉਹ ਮੈਨੂੰ ਲੱਗਦਾ ਗਲਤ ਆ। ਤੁਸੀਂ ਪੈਸੇ ਪੂਰੇ ਲਓ। ਅੱਜ ਅਸੀਂ ਜਦੋਂ ਚੀਜ਼ਾਂ ਕਰਦੇ ਹਾਂ ਟੱਚਵੁੱਡ ਅਸੀਂ ਇੱਕ ਠੀਕ ਮੁਕਾਮ ਦੇ ਉੱਤੇ ਹੈਗੇ ਹਾਂ, ਘੁੱਗੀ ਭਾਅ ਜੀ ਦੀ ਜੋ ਇੱਕ ਜੈਨੂਅਨ ਫੀਸ ਹੈ ਉਹ ਤਾਂ ਮੈਂ ਵੀ ਦਊਂਗਾ ਨਾ। ਮੈਂ ਕਿਉਂ ਇਹ ਕਹੂੰਗਾ ਕਿਉਂਕਿ ਉਹਨਾਂ ਨੇ ਕੰਮ ਕਰਨਾ ਵਾ, ਉਹਨਾਂ ਦੀ ਫੈਮਿਲੀ ਆ ਸਾਰਾ ਕੁਝ, ਬਟ ਜਦੋਂ ਬੰਦਾ ਪੈਸੇ ਲੈ ਕੇ ਵੀ ਕੰਮ ਨਹੀਂ ਕਰਦਾ ਉਦੋਂ ਬੰਦਿਆਂ ਨੂੰ ਪ੍ਰੋਬਲਮ ਹੁੰਦੀ ਆ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਕੰਮ 'ਚ ਓਨੀ ਓਨੈਸਟੀ ਆ ਤਾਂ ਡੈਫੀਨੇਟਲੀ ਸਾਰਿਆਂ ਨੇ ਆ ਕੇ ਤੁਹਾਡੇ ਨਾਲ ਕੰਮ ਕਰਨਾ ਵਾ ਅੱਜ ਸਾਰੀਆਂ ਫਿਲਮਾਂ। ਇਹ ਫਿਲਮ ਜਿਹੜੇ ਪੋਸਟਰ ਪਈ ਮੈਂ ਦੇਖਿਆ ਸੀਗਾ ਨਾ ਮੇਰੇ ਦਿਮਾਗ 'ਚ ਨਾ ਸਭ ਤੋਂ ਪਹਿਲੀ ਚੀਜ਼ ਆਈ ਸੀਗੀ ਰੌਣੀ ਭਾਅ ਜੀ ਜੀ ਵੀਰਜੀਰ 'ਤੇ ਬੈਠੇ ਹੋਏ ਆ ਜੀ ਜੀ। ਤਾਂ ਮੈਨੂੰ ਓਬਜ਼ਰਵ ਕੀਤਾ, ਮੈਂ ਕਿਹਾ ਫਿਲਮ 'ਚ ਇਹਨਾਂ ਨੂੰ ਪੈਰਾਲਾਈਜ਼ ਸਮਥਿੰਗ ਹੋਇਆ ਹੋਏਗਾ ਤਾਂ ਹੀ ਮੇ ਬੀ ਸ਼ਾਇਦ ਉੱਠ ਨਹੀਂ ਪਾ ਰਹੇ। ਮੈਂ ਨਾ ਕੱਟ ਟੂ ਆਪ ਜਾ ਕੇ ਫੀਲ ਵੀ ਕਰਦਾ ਕਦੀ, ਬਿਕੋਜ਼ ਸਾਡਾ ਕੰਮ ਜਰਨਲਿਜ਼ਮ ਦਾ ਅਸੀਂ ਜਾਂਦੇ ਰਹਿੰਦੇ ਹਾਂ ਵਿਚਦੇ ਰਹਿੰਦੇ ਹਾਂ। ਪੀ ਜੀ ਦੇ ਕੋਲ ਨਾ ਗੋਲ ਮਾਰਕੀਟ ਹੈ। ਅੱਛਾ ਜੀ। ਉੱਥੇ ਨਾ ਬਹੁਤ ਸਾਰੇ ਪੇਸ਼ੈਂਟਸ ਨੇ ਜੈਸਮੀਨ, ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਦੀ ਬਿਮਾਰੀਆਂ ਨੇ, ਜਿਨ੍ਹਾਂ ਕੋਲ ਹੈ ਨਾ ਵੀ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ, ਕੋਈ ਕਿਸੇ ਬਿਮਾਰੀ ਨਾਲ ਜੂਝ ਰਿਹਾ, ਕੋਈ ਕਿਸੇ ਬਿਮਾਰੀ ਨਾਲ ਜੂਝ ਰਿਹਾ। ਤਾਂ ਮੈਂ ਓਬਜ਼ਰਵ ਕੀਤਾ, ਮੈਂ ਕਿਹਾ ਇਨਸਾਨ ਦੀ ਜ਼ਿੰਦਗੀ 'ਚ ਕਿੰਨੇ ਵੱਡੇ ਜ਼ਿਆਦਾ ਦੁੱਖ ਨੇ, ਵੀ ਜਿਹੜਾ ਇਨਸਾਨ ਇਸ ਫਿਲਮ ਨੂੰ ਦੇਖ ਕੇ ਸਿੱਖੂਗਾ ਕੋਈ ਇੱਕ ਵਾਰ ਉੱਥੇ ਜਾ ਕੇ ਦੇਖ ਕੇ ਆਵੇ ਵੀ ਅਸਲ 'ਚ ਦੁਨੀਆ ਹੈ ਕੀ। ਬਿਲਕੁਲ ਬਈ, ਕਦੀ ਇਸ ਚੀਜ਼ ਨੂੰ ਫੀਲ ਕਰਦੇ ਹੋ ਕਿ ਸੰਸਾਰ 'ਚ ਬਹੁਤ ਸਾਰੀ ਚੀਜ਼ਾਂ, ਬਹੁਤ ਸਾਰੇ ਐਗਜ਼ਾਮਪਲ ਲਾਈਵ ਨੇ ਇੱਦਾਂ ਦੇ ਜੋ ਤੁਸੀਂ ਦਿਖਾਏ ਨੇ। ਦੇਖੋ ਦੁੱਖ ਜ਼ਿੰਦਗੀ ਦੇ ਭਾਰੇ ਤੋਂ ਭਾਰੇ ਸੁੱਖ ਸਾਰੇ ਮੇਰੇ ਵਾਸਤੇ, ਦੁੱਖ ਗੁਆਂਢੀ ਵਾਸਤੇ, ਏਦਾਂ ਤਾਂ ਕਦੇ ਨਹੀਂ ਹੋ ਸਕਦਾ। ਇਹ ਦੁਨੀਆਂ ਦਾ ਵਰਤਾਰਾ, ਦੁੱਖ ਸੁੱਖ ਨਾਲ ਨਾਲ ਚੱਲਣੇ ਨੇ। ਸਿਰਫ ਸਾਨੂੰ ਪਰਮਾਤਮਾ ਉਹਨਾਂ ਨੂੰ ਸਹਿਣ ਦੀ ਸ਼ਕਤੀ ਬਖਸ਼ੇ, ਉਹਨਾਂ ਨਾਲ ਡੀਲ ਕਰਨ ਦੀ ਤਾਕਤ ਬਖਸ਼ੇ। ਮੈਂ ਕਹਾਂ ਕਿ ਮੈਂ ਜ਼ਿੰਦਗੀ ਕਦੇ ਬਿਮਾਰ ਹੀ ਨਾ ਹੋਵਾਂ, ਤੇ ਰੱਬਾ ਗੁਆਂਢੀ ਬਿਮਾਰ ਹੋਈ ਜਾਣ ਤੇ ਫਿਰ ਗੁਆਂਢੀ ਵੀ ਇਹੀ ਸੁੱਖ ਦਾ ਹੋਣਾ ਵੀ ਮੈਂ ਨਾ ਹੋਵਾਂ ਨਾਲ ਦਾ ਹੋ ਜਾਵੇ ਚਾਰੇ ਪਾਸਿਆਂ ਤੋਂ ਹਾਰੇ, ਚਾਰੇ ਪਾਸਿਆਂ ਤੋਂ ਰੱਖ ਜ਼ਿੰਦਗੀ ਦਾਤਾ ਜੀ। ਤੇ ਹੋਰ ਜਿਹੜੀ ਚੀਜ਼ ਨੇ, ਇੱਕ ਚੀਜ਼ ਅੱਛੀ ਲੱਗੀ ਮੈਨੂੰ ਇਨਫੈਕਟ, ਬਿਕੋਜ਼ ਬਹੁਤ ਘੱਟ ਇਹਦਾ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਬੱਚਿਆਂ ਨੂੰ ਸਿੱਖੀ ਨਾਲ ਜੋੜਨਾ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ। ਗੁਰਬਾਜ਼ ਦੇ ਪੋਡਕਾਸਟ ਦੀ ਆਈ ਥਿੰਕ ਹਰ ਕੋਈ ਇਨਸਾਨ ਜ਼ਿਕਰ ਕਰ ਰਿਹਾ ਹੈ, ਇਹ ਨੋਰਮਲ ਆ, ਇਹ ਹਰ ਕੋਈ ਇਨਸਾਨ ਜ਼ਿਕਰ ਬਈ ਨਾਲੇ ਉਹ ਹੋਣਾ ਬਣਦਾ ਵੀ ਹੈ, ਬਿਕੋਜ਼ ਜਿਹੜੀ ਚੀਜ਼ ਨਹੀਂ ਹੁੰਦੀ ਉਹ ਚੀਜ਼ ਅਗਰ ਹੋ ਜਾਵੇ ਤਾਂ ਇੱਕ ਹਾਈਪ ਬਣ ਜਾਂਦੀ ਹੈ। ਪਰ ਅਸੀਂ ਸੋਚ ਰਹੇ ਹਾਂ ਹਾਈਪ ਬਣੀਏ, ਮੇ ਬੀ ਇੱਕ ਤੁਹਾਡੀ ਫੈਮਿਲੀ ਦਾ, ਬੱਚਿਆਂ ਦਾ ਇਮੋਸ਼ਨ ਹੋ ਸਕਦਾ ਉਹ ਜਿਹੜਾ ਜੁੜਿਆ ਹੋਇਆ ਰੱਬ ਦੇ ਨਾਲ।
ਬੀਇੰਗ ਅ ਫਾਦਰ ਬਈ ਇਹ ਚੀਜ਼ ਯੂ ਨੋ ਕਿਵੇਂ ਤੁਸੀਂ ਫੀਲ ਕਰਦੇ ਹੋ ਕਿ ਚਲੋ ਬੱਚੇ ਮੇਰੇ ਇਸ ਟਰੈਕ 'ਤੇ ਨੇ, ਜ਼ਿੰਦਗੀ 'ਚ ਇਹਨਾਂ ਨੂੰ ਕੋਈ ਸਮਝਾਉਣ ਕੋਈ ਸਿਖਾਉਣ ਦੀ ਲੋੜ ਨਹੀਂ, ਬਾਣੀ ਨਾਲ ਜੁੜੇ ਹੋਏ ਨੇ ਆਪੇ ਸਿੱਖ ਜਾਣਗੇ? ਦੇਖੋ ਇਹ ਗੱਲ ਤਾਂ ਮੈਨੂੰ ਮੈਂ ਹਮੇਸ਼ਾ ਬਿਲੀਵ ਕਰਦਾ, ਔਰ ਮੈਨੂੰ ਜਿਵੇਂ ਤੁਸੀਂ ਆ ਪੋਡਕਾਸਟ ਦੀ ਜਾਂ ਇੱਦਾਂ ਦੀ ਗੱਲ ਕਰਦੇ ਹੋ ਤਾਂ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਬੱਚੇ ਕਿਸੇ ਵੀ ਤਰੀਕੇ ਨਾਲ ਆਪਣੀਆਂ ਰੂਟਸ ਨਾਲ ਅੱਜ ਦੀ ਡੇਟ 'ਚ ਜੁੜੇ ਰਹਿਣ, ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਗੀ। ਹੁਣ ਜਦੋਂ ਉਹਨੂੰ ਚਾਅ ਚੜਿਆ ਹੋਇਆ ਸੀ ਵੀ ਘੁੱਗੀ ਭਾਅ ਜੀ ਨੇ ਆਉਣਾ ਵਾ, ਘੁੱਗੀ ਤਾਇਆ ਜੀ ਕਹਿੰਦਾ ਵਾ, ਪਤਾ ਨਹੀਂ ਉੱਥੇ ਸਾਰਿਆਂ ਨੂੰ ਸੁਣ ਕੇ ਉਹਨੂੰ ਲੱਗਦਾ ਕਿ ਘੁੱਗੀ ਭਾਅ ਜੀ ਦਾ ਨਾਂ ਘੁੱਗੀ ਭਾਅ ਜੀ ਹੈ, ਉੱਦਾਂ ਹੀ ਮੇਰੇ ਤਾਇਆ ਜੀ ਨੇ। ਸੋ ਉਹ ਇੰਨਾ ਚਾਅ ਸੀ ਉਹਨੂੰ ਵੀ ਉਹ ਆ ਰਹੇ ਨੇ, ਮੈਂ ਪੋਡਕਾਸਟ ਕਰੂੰ, ਹੈ ਨਾ, ਮੈਂ ਪੋਡਕਾਸਟ ਕਰੂੰਗਾ, ਹੈ ਨਾ, ਆਪਦੇ ਪੁੱਠੇ ਸਿੱਧੇ ਨਵੇਂ ਸਵਾਲ ਕਰਾਈ ਫਿਰਦਾ ਜੀ। ਹਾਲੇ ਤੱਕ ਅਸੀਂ ਉਹਨੂੰ ਕਹਿਤਾ ਵੀ ਨਾ ਕਰ, ਅਸੀਂ ਕਿਹਾ ਘੁੱਗੀ ਭਾਅ ਜੀ ਪੁੱਤ ਤੇਰੇ ਤਾਇਆ ਬਹੁਤਾ ਫਿੱਟ ਹੈ ਨਹੀਂ, ਉਹ ਹਾਲੇ ਕਹਿੰਦਾ ਵੀ ਮੈਂ ਪੁਸ਼ ਅਪ ਲਵਾਉਣੇ ਆ, ਹਾਲੇ ਤਾਂ ਪਤਾ ਨਹੀਂ ਕੀ ਕੀ ਕਰਨਾ, ਪੂਰਾ ਜਿੰਮ ਦੇ ਵਿੱਚ ਉਹ ਸਮਾਨ ਲਈ ਫਿਰਦਾ ਜੀ। ਫਿਰ ਵੀ ਉਹਨੇ ਕੋਸ਼ਿਸ਼ ਕੀਤੀ ਪਲੈਂਕ ਪਲੂੰਕ ਲਵਾਉਣ ਦੀ। ਸੋ ਬਾਕੀ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਆਪਾਂ ਦੇਖਦੇ ਹਾਂ ਆਪਾਂ ਆਪ ਰੈਗੂਲਰ, ਜੇ ਮੈਂ ਅੱਜ ਆਪਣੇ ਬੱਚਿਆਂ ਨੂੰ ਕਹਾਂ ਕਿ ਤੁਸੀਂ ਆਹ ਕਰੋ, ਉਹ ਅੱਗਿਓਂ ਪਤਾ ਹੀ ਕਹਿਣਗੇ ਕਿ ਪਾਪਾ ਤੁਸੀਂ ਤਾਂ ਕਰਦੇ ਨਹੀਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਐਕਸਪੈਕਟ ਕਰਦਾ ਕਿ ਮੇਰੇ ਬੱਚੇ ਮੇਰੀ ਰਿਸਪੈਕਟ ਕਰਨ, ਜਾਂ ਮੇਰੀ ਵਾਈਫ ਐਕਸਪੈਕਟ ਕਰੇ ਕਿ ਉਹ ਉਹਦੀ ਰਿਸਪੈਕਟ ਕਰਨ, ਤਾਂ ਡਿਪੈਂਡ ਕਰਦਾ ਕਿ ਅਸੀਂ ਆਪਣੇ ਪੇਰੈਂਟਸ ਦੀ ਕਿੰਨੀ ਕਰਦੇ ਹਾਂ। ਜਦੋਂ ਤੁਸੀਂ ਦੇਖਦੇ ਹੋ ਕੋਈ ਚੀਜ਼, ਉਹ ਉਹੀ ਚੀਜ਼ ਬੱਚੇ ਸਿੱਖਦੇ ਨੇ, ਠੀਕ ਹੈ ਉਹ, ਕਿਉਂਕਿ ਆਪਾਂ ਕੋਈ ਵੀ ਚੀਜ਼ ਛੋਟੇ ਬੱਚੇ ਨੇ ਤਾਂ ਉਵੇਂ ਹੀ ਚੱਲਣਾ ਵਾ, ਜਿਹੜੀਆਂ ਚੀਜ਼ਾਂ ਅਸੀਂ ਕਰੀ ਜਾਣੀਆਂ ਨੇ ਉਵੇਂ ਉਵੇਂ ਉਹਨੇ ਸਿੱਖੀ ਜਾਣੀਆਂ ਨੇ। ਸੋ ਜਦੋਂ ਤੁਹਾਡੀ ਫੈਮਿਲੀ ਦੇ ਵਿੱਚ ਮਾਹੌਲ ਹੀ ਉੱਦਾਂ ਦਾ ਹੋਊਗਾ, ਆਟੋਮੈਟਿਕਲੀ, ਅਸੀਂ ਕੋਈ ਬੈਠ ਬੈਠ ਕੇ ਸਪੈਸ਼ਲ ਥੋੜ੍ਹੀ ਸਿਖਾਈਆਂ ਨੇ, ਉਹ ਆਟੋਮੈਟਿਕਲੀ ਸਿੱਖਦਾ ਰਹਿੰਦਾ ਵਾ ਉਹ ਚੀਜ਼ਾਂ। ਹਾਲੇ ਉਹਦਾ ਕਈ ਚੀਜ਼ਾਂ 'ਚ ਗੜਬੜ ਹੈਗਾ ਹਾਲੇ, ਜਾਂ ਛੋਟਾ ਵਾ, ਕਈ ਵਾਰੀ ਬੋਲ ਜਾਂਦਾ ਤੂੰ ਇੱਦਾਂ ਕੀਤਾ ਨਹੀਂ, ਕਿ ਤੂੰ ਨਹੀਂ ਤੁਸੀਂ ਤੁਸੀਂ ਇੱਦਾਂ ਕੀਤਾ, ਫਿਰ ਉਹ ਤੁਸੀਂ ਪਿਆਉਂਦਾ ਵਾ। ਕਿਉਂਕਿ ਅਸੀਂ ਸੋਚਦੇ ਹੁੰਦੇ ਨਾ ਵੀ ਆਰਟਿਸਟ ਕਿਤੇ ਕੋਈ ਜਾਣ ਕੇ ਕਰ ਰਿਹਾ, ਕੋਈ ਸੱਚੀ ਦਿਲ ਤੋਂ ਜੁੜਿਆ ਹੋਇਆ, ਤਾਂ ਇਹ ਹਮੇਸ਼ਾ ਫੀਲ ਹੁੰਦਾ ਹੈ ਕਿ ਯਾਰ ਗਿੱਪੀ ਬਾਈ ਦੀ ਫੈਮਿਲੀ ਸਾਰੀ, ਜਾਂ ਯੂ ਨੋ ਇਹ ਸਾਰੀ ਦਿਲ ਤੋਂ ਮੰਨਦੀ ਹੈ, ਜਾਂ ਇਹਨੂੰ ਅੱਛਾ ਲੱਗਦਾ ਹੈ ਯੂ ਨੋ ਜਦੋਂ ਸਕਰੀਨ 'ਤੇ ਹੁੰਦੇ ਆ। ਐਂਡ ਆਈ ਵਿਸ਼ ਬਾਈ ਕਿ ਤੁਹਾਡੀ ਇਹ ਪ੍ਰੋਜੈਕਟ ਤੁਹਾਡਾ ਦਿਲਾਂ 'ਤੇ ਐਸੀ ਛਾਪ ਛੱਡੇ ਕਿ ਇਹਦੇ ਪਾਰਟਸ ਬਣਦੇ ਰਹਿਣ, ਪਤਾ ਨਹੀਂ ਕਿਹੜਾ ਇਨਸਾਨ ਇਹ ਫਿਲਮ ਨੂੰ ਦੇਖ ਕੇ ਠੀਕ ਹੋ ਪਾਊਗਾ, ਪਤਾ ਨਹੀਂ ਸ਼ਾਇਦ ਦੁਨੀਆ 'ਚ ਕਿੰਨੇ ਕੁ ਵੱਡੇ ਦੁੱਖ ਨੇ ਸਾਨੂੰ ਨਹੀਂ ਪਤਾ, ਕਿਹੜੀ ਮਾਂ ਕਿਹੜੇ ਸਾਡੇ ਫਾਦਰ ਹੋ ਰਹੇ, ਹਾਂ ਇੰਸਪੀਰੇਸ਼ਨ ਹੋ ਸਕਦੀ ਹੈ। ਤਾਂ ਇਸ ਫਿਲਮ ਦੀ ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ, ਐਂਡ ਅਸੀਂ ਜਲਦੀ ਹੁਣ ਮੁਲਾਕਾਤਾਂ ਕਰਦੇ ਹਾਂ ਡਿਊਰਿੰਗ ਟਾਈਮ ਆਫ ਅਦਰ ਪ੍ਰੋਮੋਸ਼ਨਸ। ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ।